ਜੱਟੀਆਂ ਬਾਰੇ ਵੀ ਇਹ ਧਾਰਨਾ ਬਣੀ ਕਿ ਇਹ ਹੰਕਾਰ ਨਾਲ ਭਰੀਆਂ ਨੇ ਜਾਂ ਇਹਨਾਂ ਦਾ ਗਹਿਣਾ ਗੱਟਾ ਦੇਖੋ ਤੁਸੀਂ ਜੇ ਲੋਕਾਂ ਨੂੰ ਜੱਟੀਆਂ ਦੇ ਗਹਿਣੇ ਦਿਸਦੇ ਐ ਜਾਂ ਉਹਨਾਂ ਦੇ ਸੂਟ ਦਿਸਦੇ ਐ ਤਾਂ ਉਹਦੇ ਪਿੱਛੇ ਤਾਂ ਉਹਦਾ ਸੰਘਰਸ਼ ਕਿਉਂ ਨਹੀਂ ਦਿਸਦਾ ਜ਼ਮੀਨ ਨੂੰ ਬਚਾਉਣ ਦੇ ਲਈ ਭਾਬੀ ਜੁੱਗਤ ਲੜਾ ਲੈਂਦੀ ਸੀ ਵੀ ਦਿਓਰ ਨਾਵੇਂ ਆਇਆ ਜਾਵੇ ਜੀਟ ਛੜੇ ਨੂੰ ਵੀ ਰੋਟੀ ਮਿਲਣੀ ਚਾਹੀਦੀ ਇਹ ਕੋੜਾ ਸੱਚ ਹੈ ਇਹ ਕੋੜਾ ਸੱਚ ਸੀ ਮਰਦੀ ਨੇ ਅੱਕ ਚੱਬਿਆ ਨਹੀਂ ਮੈਂ ਹਾਰ ਕੇ ਜੀਟ ਨਾਲ ਲਾਈਆ ਜੱਟ ਜਿਹੜੇ ਸੀ ਜਦੋਂ ਉਹਨਾਂ ਕੋਲ ਆਉਂਦਾ ਨਾਲ ਉਹਨਾਂ ਨੂੰ ਹੁੰਦਾ ਵੀ ਕੁਛ ਦਿਨ ਹੰਗਾਰੇ ਲੈ ਲੋ ਅਗੇ ਤੰਗੀ ਕੱਟੜੀ ਬੈ ਸਕਦੀ ਆ ਫਾਹਿਆਂ ਤੱਕ ਵੀ ਅਸੀਂ ਤਾਂ ਹੀ ਪੁੱਜੇ ਮਤਲਬ ਕਿ ਮੈਂ ਸ਼ਰੀਆਮੇ ਗੱਲ ਸਵੀਕਾਰਦੀ ਆ ਕਿ ਸਾਡਾ ਫੁਕਰ ਆਪਾਂ ਕਈ ਜੱਟ ਹੁਣ ਐਸੇ ਨੇ ਜਿਨ੍ਹਾਂ ਕੋਲ ਜ਼ਮੀਨ ਥੋੜੀ ਆ ਪਰ ਉਹ ਵੀ ਚਾਹੁੰਦੇ ਆ ਕਿ ਤਾਮ-ਜਾਮ ਜਿੰਨਾ ਕਿ ਚੱਕ ਸਕਦੇ ਆ ਚੱਕੀਏ ਤਾਂ ਜਿਹੜੀ ਗੀਤਾਂ ਚ ਜਾਂ ਬੋਲੀਆਂ ਚ ਜਾਂ ਸਿੱਠਣੀਆਂ ਇਹਨਾਂ ਚ ਜਿਹੜੇ ਮਿਹਣੇ ਵੱਜੇ ਜੀ ਇਹ ਫਰਸਟ੍ਰੇਸ਼ਨ ਚੋਂ ਨਿਕਲਦੇ ਆ ਜਾਂ ਸਿਰਫ ਐਂਟਰਟੇਨਮੈਂਟ ਦਾ ਸੋਰਸ ਸੀਗਾ ਇੰਨਾ ਕੁਝ ਸਹਾਰ ਕੇ ਵੀ ਔਰਤ ਡਿਪਰੈਸ ਨਹੀਂ ਹੋਈ ਤੁਸੀਂ ਦੇਖੋ ਤੇ ਉਹ 6 ਮਹੀਨੇ ਫੇਰ ਕੀ ਕਰੋਗੀ ਫੇਰ ਉਹਨਾਂ ਨੇ ਆ ਆਪਣੇ ਅੰਦਰ ਬੁਣਤੀਆਂ ਬੁਣੀਆਂ ਬੋਲੀਆਂ ਨੇ ਹਮ ਜਿਹੜੀ ਸੱਸ ਅੱਗੇ ਕੁਸਕਦੀ ਨਹੀਂ ਸੀ ਕੁੜੀ ਜੀ ਉਹ ਫਿਰ ਬੋਲੀਆਂ ਚ ਉਹਨੂੰ ਕੰਜਰੀ ਵੀ ਦੱਸਦੀ ਐ ਜਦੋਂ ਜਾ ਕੇ ਉਹ ਉੱਥੇ ਸੱਸ ਸਹਾਰਦੀ ਸੀ ਉਹਨੂੰ ਪਤਾ ਸੀ ਕਿ ਇਹਦੀ ਲਿਬਰਟੀ ਦਾ ਸਥਾਨ ਐ ਇਹ ਕਿੰਨੇ ਸਰਦਾਰਾਂ ਨੇ ਜ਼ਮੀਨਾਂ ਲਈਆਂ ਕਿ ਉੱਤਕ ਘੋੜਾ ਕਮਾ ਲਓ ਜੀ ਜ਼ਮੀਨ ਤੁਹਾਡੀ ਹੋ ਜਾਊਗੀ ਤੇ ਧੀ ਵੇਚ ਦਿੱਤੀ ਹਮ ਤੇ ਹੁਣ ਜਦੋਂ ਅਸੀਂ ਔਰਤਾਂ ਸਮਝਦਾਰ ਹੋ ਗਈਆਂ ਕਿ ਸੁਨੀਤਾ ਵਿਲੀਅਮਸ ਸਪੇਸ ਵਿੱਚ ਬੈਠੀ ਦੁਨੀਆ ਲਈ ਉਹ ਕਰ ਰਹੀ ਹੈ ਸਾਰਾ ਕੁਝ ਅੱਜ ਦੇ ਜ਼ਮਾਨੇ 'ਚ ਅਸੀਂ ਫੇਰ ਗੁੱਡੀ ਫੂਕੀਏ ਤਾਂ ਅਸੀਂ ਫੇਰ ਉਸੇ ਮਰਦ ਦੇ ਅਨਸਾਰ ਚੱਲਾਂਗੇ ਤੁਸੀਂ ਬਹੁਤ ਇੱਕ ਐਂਗਰ ਦੇ ਉਸ ਚਾਕੇ ਕਿਹਾ ਸੀਗਾ ਵੀ ਇਹ ਤੇ ਗਿੱੱਦਾ ਨਹੀਂ ਹੋਣਾ ਚਾਹੀਦਾ ਅਸਲ ਵਿੱਚ ਉਹ ਗੁੱਡੀ ਫੂਕਣ ਦਾ ਗਿੱੱਦਾ ਸੀ ਗੁੱਡੀ ਫੂਕਣ ਦਾ ਗੁੱਡੀ ਫੂਕਣ ਦਾ ਗਿੱੱਦਾ ਤੁਸੀਂ ਕਿਹਾ ਕਿ ਮੁੰਡਾ ਕਿਉਂ ਨਹੀਂ ਫੁੱਕਿਆ ਜਾਂਦਾ ਗੁੱਡੀ ਫੂਕਣਾ ਸਾਡੇ ਸਮਾਜ ਵਿੱਚ ਇੱਕ ਪ੍ਰਥਾ ਰਹੀ ਜਿਹੜੀ ਮੈਂ ਵੀ ਆਪਣੀਆਂ ਅੱਖਾਂ ਨਾਲ ਦੇਖੀ ਉਹ ਔਰਤਾਂ ਕਾਸ਼ ਇਹ ਸਮਝ ਸਕਦੀਆਂ ਕਿ ਉਸ ਟਾਈਮ ਮਰਦ ਉਹਨਾਂ ਦੀ ਪ੍ਰੋਗਰਾਮਿੰਗ ਕਰ ਰਹੇ ਸੀ ਉਹਨੂੰ ਬਚਪਨ ਤੋਂ ਜਿਵੇਂ ਗਿੱਲੀ ਮਿੱਟੀ ਨੂੰ ਗੁੰਨ-ਗੁੰਨ ਕੇ ਇੱਕ ਪੁਤਲਾ ਜਿਹਾ ਬਣਾਉਂਦੇ ਹਨ ਨਾ ਉਹਦੀ ਪ੍ਰੋਗਰਾਮਿੰਗ ਹੁੰਦੀ ਸੀ ਸਰਟਨ ਮਰਦ ਨੂੰ ਨਹੀਂ ਕਿਹਾ ਵੀ ਮਰਦ ਦਾ ਪੁਤਲਾ ਸਾੜ ਦਿਨੇ ਗੁੱਡੀ ਬਣਾ ਲੂ ਕਿ ਫਿਰ ਆਪੇ ਹੀ ਗਾਈ ਜਾਊ ਕਿ ਤੂੰ ਪਰਦੇਸ ਗਿਆ ਮੈਂ ਪਤਲਾ ਬਣਾਉਣੀ ਆ ਹਨਾ ਪਰ ਮਿੱਟੀ ਦਾ 바ਵਾ ਵੀ ਬਣਾਇਆ ਪਰ ਉਹਦੇ ਤੇ ਤਾਂ ਖੇਸੀ ਵੀ ਪਾਈ ਖੇਸੀ ਵੀ ਪਾਈ ਹਨਾ ਨਾ ਨਾਰੂ ਵੀ ਬੰਨੀ ਹਾਂਜੀ ਨਾਰੂ ਮਿੱਟੀ ਦੇ 바ਵੇ ਆ ਵੀ ਤੇਰੇ ਪਿਓ ਪਰਦੇਸੀ ਤੇ ਆਪਣੀ ਧੀ ਨੂੰ ਜਾਈ ਨਹੀਂ ਤੁਸੀਂ ਕਿਵੇਂ ਇਹ ਸੋਚ ਲਿਆ ਕਿ ਇਹਨੂੰ ਫੂਕਦੀ ਇਹਨੂੰ ਫੂਕਦੀਏ ਥੋੜੇ ਦਿਨ ਪਹਿਲਾਂ ਆਸਟ੍ਰੇਲੀਆ ਟੂਰ ਤੇ ਬਾਜੀ ਪ੍ਰਭਜੋਤ ਸੰਧੂ ਹੋਣਾ ਨੇ ਸਨਮਾਨ ਬਖਸ਼ਿਆ ਤੇ ਬੈਠ ਕੇ ਗੱਲਾਂ ਕਰਨ ਲੱਗੇ ਗੱਲ ਪੰਜਾਬ ਦੀ ਤਰੀ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਇੱਕ ਸ਼ਖਸੀਅਤ ਐਸੀ ਹੈ ਜੀ ਦੀ ਗੱਲ ਹਰ মিডিਆ ਹਾਊਸ 'ਚ ਹੋਣੀ ਚਾਹੀਦੀ ਔਰ ਉਹਦੀ ਆਵਾਜ਼ ਹਰ ਥਾਂ ਤੇ ਸੁਣਨ ਨੂੰ ਮਿਲਣੀ ਚਾਹੀਦੀ ਐ ਪਰ ਉਹ ਬਹੁਤ ਘੱਟ ਗੱਲ ਕਰਦੇ ਨੇ ਮੈਂ ਹੱਸ ਕੇ ਪੁੱਛਿਆ ਮੈਂ ਕਿ ਤੁਸੀਂ ਕਿੰਨਾਂ ਦੀ ਗੱਲ ਕਰ ਰਹੇ ਹੋ ਤਾਂ ਕਹਿੰਦੇ ਭੈਣ ਸਰਬਜੀਤ ਮੰਗਟ ਹੋਣਾ ਦੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਕੌਣ ਨਹੀਂ ਜਾਣਦਾ ਸੀ ਉਹਨਾਂ ਨੂੰ ਸੁਣ ਕੇ ਵੱਡੇ ਹੋਏ ਆ ਹਰ ਵਿਆਹ ਜਿਹੜਾ ਜਾਂ ਕੋਈ ਵੀ ਫੰਕਸ਼ਨ ਉਹਨਾਂ ਦੇ ਗੀਤਾਂ ਬਿਨਾਂ ਕਦੇ ਮੁਕੰਮਲ ਨਹੀਂ ਹੋਇਆ ਪਰ ਉਹਨਾਂ ਨੇ ਕਿਹਾ ਕਿ ਉਹ ਪੱਖ ਸਾਹਮਣੇ ਲਿਆਓ ਜੋ ਉਹਨਾਂ ਦਾ ਇੰਟੈਲੈਕਚੁਅਲ ਪੱਖ ਹੈ ਕੱਲੇ ਗੀਤਾਂ ਤੱਕ ਸਰਬਜੀਤ ਮੰਗਟ ਨੂੰ ਸੀਮਤ ਨਾ ਰੱਖੋ ਸਰਬਜੀਤ ਮੰਗਟ ਇਸ ਤੋਂ ਬਹੁਤ ਅੱਗੇ ਦੀ ਸ਼ੈ ਨੇ ਅੱਜ ਸਾਨੂੰ ਇਹ ਮਾਣ ਹਾਸਲ ਹੋ ਰਿਹਾ ਹੈ ਕਿ ਸੀ ਉਹਨਾਂ ਦੇ ਨਾਲ ਇੱਕ ਪੋਡਕਾਸਟ ਕਰ ਰਹੇ ਹਾਂ ਜਿੱਥੇ ਉਹਨਾਂ ਦੀ ਨਿੱਜੀ ਜ਼ਿੰਦਗੀ ਸਾਡਾ ਸਮਾਜਿਕ ਤਾਣਾ ਬਾਣਾ ਸਾਡੇ ਸਮਾਜ ਦੇ ਵਿੱਚ ਔਰਤਾਂ ਦਾ ਸਥਾਨ ਤੇ ਫਿਊਚਰ ਕੀ ਹੋਣਾ ਹੈ ਇਸ ਬਾਰੇ ਅੱਜ ਗੱਲਬਾਤ ਕਰਾਂਗੇ ਬਹੁਤ ਸਵਾਗਤ ਹੈ ਮੈਮ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਲੱਗ ਰਿਹਾ ਮੱਕੜ ਜੀ ਮਤਲਬ ਕਿ ਤੁਹਾਨੂੰ ਪਹਿਲਾਂ ਗਰੋ ਹੁੰਦਿਆਂ ਦੇਖਿਆ ਸਾਹਮਣੇ ਤੇ ਅੱਜ ਤੁਹਾਡੇ ਸਾਹਮਣੇ ਬੈਠ ਕੇ ਮਿਲਣ ਸਾਰੇ ਇਹ ਚਾਹੁੰਦੇ ਨੇ ਕਿ ਤੁਹਾਡੇ ਮੰਚ ਤੋਂ ਤੁਹਾਡੇ ਪਲੇਟਫਾਰਮ ਤੋਂ ਗੱਲ ਕੀ ਬਹੁਤ ਧੰਨਵਾਦ ਔਰ ਇਹ ਸਾਡਾ ਸੁਭਾਗ ਹੈ ਔਰ ਭਾਜੀ ਹੁਣਾਂ ਦਾ ਬਹੁਤ ਧੰਨਵਾਦ ਉੱਥੇ ਬਹਿ ਕੇ ਉਹਨਾਂ ਨੇ ਇਹ ਸਬਬ ਬਣਾਇਆ ਕਿ ਅੱਜ ਆਪਾਂ ਗੱਲ ਬ੍ਰਭਜੋਤ ਜੀ ਵੀ ਸੱਚੀ ਜਿਵੇਂ ਵੀਰ ਹੁੰਦੇ ਆ ਨਾ ਭੈਣਾਂ ਦੇ ਲਈ ਉਸ ਇਨਸਾਨ ਨੇ ਇਕੋ ਫੇਰੀ ਦੇ ਵਿੱਚ ਮਨ ਮੋਲ ਲਿਆ ਉਹਨਾਂ ਦੀ ਪਤਨੀ ਤੇ ਉਹ ਦੋਨੋਂ ਸੱਚੀ ਭਰਾ ਭਜਾਈ ਬਣ ਕੇ ਆਪਣੇ ਫਰਜ਼ ਨਿਭਾਉਣ ਵਾਲੇ ਮਾਲਕ ਇਹੋ ਜਿਹੇ ਵੀਰਾਂ ਨੂੰ ਸਲਾਮਤ ਰੱਖੇ ਮੇਰਾ ਪੰਜਾਬ ਵਸਦਾ ਹਰ ਥਾਂ ਦੇ ਉੱਤੇ ਬਹੁਤ ਧੰਨਵਾਦ ਮੈਂ ਕਿਤੇ ਸੁਣ ਰਿਹਾ ਸੀ ਤੁਹਾਨੂੰ ਤੇ ਤੁਸੀਂ ਇਹ ਗੱਲ ਕਹੀ ਕਿ ਕਿਸ ਇੰਟਰਵਿਊ ਚ ਸ਼ਾਇਦ ਜਾਂ ਇੱਕ ਲੈਕਚਰ ਚ ਸ਼ਾਇਦ ਇਹ ਗੱਲ ਕਹੀ ਕੇਤੂ ਸੀ ਜੱਟ ਪਰਿਵਾਰ ਚ ਪੈਦਾ ਹੋਏ ਤੇ ਵਿਆਹੇ ਗਏ ਜੀ ਤੇ ਜੱਟ ਨੂੰ ਪੰਜਾਬ ਚ ਰਾਜਿਆਂ ਤਰ੍ਹਾਂ ਸਮਝਿਆ ਜਾਂਦਾ ਪਰ ਉਸ ਰਾਜ ਦੇ ਤਖਤ ਜਾਂ ਤਾਜ ਨੂੰ ਹਾਸਲ ਕਰਨ ਲਈ ਉਹਦੇ ਪਿੱਛੇ ਔਰਤਾਂ ਦਾ ਬਹੁਤ ਵੱਡਾ ਸੰਘਰਸ਼ ਹੈ ਜੀ 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 ਤਾਂ ਜੱਟ ਪਰਿਵਾਰਾਂ ਦੀਆਂ ਔਰਤਾਂ ਦੇ ਸੰਘਰਸ਼ ਬਾਰੇ ਕਿਉਂਕਿ ਅਸੀਂ ਮੈਂ ਸਪੈਸੀਫਿਕਲੀ ਜੱਟ ਵੀ ਨਹੀਂ ਪੰਜਾਬ ਦੀ ਹਰ ਉਸ ਔਰਤ ਨਾਲ ਰਿਲੇਟ ਕਰਨਾ ਚਾਹੁੰਦਾ ਜੀ 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 ਔਰਤ ਦਾ ਉਹ ਸੰਘਰਸ਼ ਕੀ ਹੈ ਮੈਂ ਇਹ ਗੱਲ ਕਹਿਣੀ ਹੁੰਦੀ ਹੈ ਕਿ ਜੱਟੀਆਂ ਪੰਜਾਬ ਦੀਆਂ ਕੱਲੀਆਂ ਉਹ ਨਹੀਂ ਜਿਹੜੀਆਂ ਖੇਤੀਬਾੜੀ ਵਾਲੇ ਪਰਿਵਾਰਾਂ ਚ ਪੈਦਾ ਹੋਈਆਂ ਨੇ ਅਸਲ ਵਿੱਚ ਹਰ ਉਹ ਪੰਜਾਬਣ ਜੱਟੀ ਆ ਜਿਨੇ ਸੂਰਮਿਆਂ ਦੀ ਤਰ੍ਹਾਂ ਖੜੇ ਆਪਣੇ ਪਤੀ ਦੇ ਨਾਲ ਮੋਢੇ ਨਾਲ ਮੋਢਾ ਲਾਇਆ ਤੇ ਉਸ ਨੂੰ ਉਹਦੀ ਮੰਜ਼ਿਲ ਤੇ ਪਹੁੰਚਾਉਣ ਦੇ ਲਈ ਆਪਣਾ ਆਪ ਵੀ ਕਸਾਇਆ ਤੇ ਉਹਦਾ ਹੌਸਲਾ ਵੀ ਬਣੀ ਹਰੇਕ ਉਹ ਔਰਤ ਸੋ ਜੱਟ ਪਰਿਵਾਰ ਜਦੋਂ ਅਸੀਂ ਕਹਿੰਦੇ ਆ ਜਦੋਂ ਇਹ ਵਰਗੀਕਰਨ ਹੋਇਆ ਹੋਵੇਗਾ ਸਮਾਜ ਦਾ ਅੱਜ ਤਾਂ ਅਸੀਂ ਇਹਨੂੰ ਕਿਸੇ ਹੋਰ ਪ੍ਰਥਾ ਦੇ ਨਾਲ ਜੋੜ ਦਿੰਨੇ ਆ ਅਸਲ ਵਿੱਚ ਮੇਲਾ ਦਾ ਬਜ਼ੁਰਗ ਸਾਡੇ ਬਹੁਤ ਸਿਆਣੇ ਸੀ ਅਸਲ ਸਾਇੰਸ ਉਹਨਾਂ ਨੇ ਪੜ੍ਹੀ ਸੀ ਬੰਦੇ ਦੀ ਮੁਹਾਰਤ ਦੇ ਮੁਤਾਬਕ ਉਹਨੂੰ ਕੰਮ ਬਖਸ਼ਦੇ ਜੀ ਸੋ ਜੱਟ ਉਹ ਬੰਦਾ ਬਣਿਆ ਜਿਹੜਾ ਖੇਤੀਬਾੜੀ ਮਿੱਟੀ ਨਾਲ ਮਿੱਟੀ ਹੋ ਸਕੇ ਮਿੱਟੀ ਨਾਲ ਮਿੱਟੀ ਹੋਣਾ ਮਤਲਬ ਆਪਣੀ ਹਸਤੀ ਮਟਾਉਣਾ ਜਦੋਂ ਬੰਦਾ ਮਿੱਟੀ ਨਾਲ ਮਿੱਟੀ ਹੋ ਕੇ ਘਰ ਪੁੱਜੂਗਾ ਤਾਂ ਉਹਦੀ ਜਿਹੜੀ ਤ੍ਰੀਮਤ ਹੋਏਗੀ ਉਹਦੀ ਜਿਹੜੀ ਔਰਤ ਹੋਏਗੀ ਉਹ ਉਸ ਤੋਂ ਜ਼ਿਆਦਾ ਥੱਲੇ ਧਰਤੀ ਵਿੱਚ ਵਸੀ ਹੋਈ ਹੋਏਗੀ ਤਾ ਉਹ ਜੱਟ ਜਾ ਕੇ ਫਸਲ ਉਗਾ ਕੇ 6 ਮਹੀਨੇ ਜਦੋਂ ਇਸ ਸਮਾਜ ਦੇ ਵਿੱਚ ਜੱਟਾਂ ਨੇ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਅੱਜ ਤੱਕ ਜੋ ਚੱਲ ਰਹੀਆਂ ਨੇ ਕਹਿੰਦੇ ਆ ਖੇਤੀ ਕਰਮਾ ਸੇਤੀ ਕਿਹੜੇ ਵੇਲੇ ਨਰ ਮੈਨ ਸੁਣਦੀ ਪੈ ਜਾਣੀ ਆ ਜੀ ਕਿਹੜੇ ਵੇਲੇ بارشਾਂ ਨਹੀਂ ਆਈਆਂ ਔੜ ਲੱਗ ਜਾਣੀ ਆ ਜਿਹੜਾ ਸਮਾਂ ਇਹਨਾਂ ਅੱਖਾਂ ਨਾਲ ਦੇਖ ਕੇ ਚਸ਼ਮਦੀਦ ਗਵਾਹ ਐ ਮਤਲਬ ਕਿ 67 ਦੀ ਬੋਰ ਨਾ ਫਿਰ ਵੀ ਕਾਫੀ ਸਮਾਂ ਦੇਖ ਲਿਆ ਜੀ ਕੁਝ ਮੈਂ ਆਪਣੇ ਬਜ਼ੁਰਗਾਂ ਰਾਹੀਂ ਦੇਖ ਲਿਆ ਸੋ ਜੱਟ ਹੋਣਾ ਜੱਟੀ ਹੋਣਾ ਇਸ ਗੱਲੋਂ ਮੁਸ਼ਕਲ ਸੀ ਵੀ ਕਰਮਾਂ ਦੇ ਆਸਰੇ ਆਪਣੀ ਮਿਹਨਤ ਦੇ ਸਦਕੇ ਸਬਰ ਸੰਜਮ ਤੇ ਸ਼ੁਕਰ ਇਹ ਤਿੰਨ ਸਸਿਆਂ ਦੇ ਨਾਲ ਪਰਨਾਏ ਜਾਣਾ ਜੱਟੀ ਕਹਾਉਂਦਾ ਸੀ ਜਿਤਾ ਉਹ ਫਸਲવાડી ਨੂੰ ਜੇ ਪਤੀ ਸਾਹਮ ਕੇ ਘਰ ਲੈ ਕੇ ਆ ਰਿਹਾ ਉਹਦੇ ਵਿੱਚੋਂ ਹੁਣ 3 ਬੁੱਤਾਂ ਦੇ ਵਿਆਹ ਵੀ ਕਰਨੇ ਨੇ ਜੀ ਤੇ ਆਪਣਾ ਗੁਜ਼ਰਬਸਰ ਵੀ ਚਲਾਉਣੀ ਹੈ ਤੇ ਨਾਲ ਇੱਕ ਰਿਸ਼ਤਾ ਵਿਧਾਨ ਵੀ ਪੂਰਨਾ ਹਰ ਵੇਲੇ ਕਿੰਨੀਆਂ ਨਨਾਨਾਂ ਨੇ ਗਾਂ ਭੂਆ ਦੇ ਕੁੜੀਆਂ ਮਾਮੇ ਮਾਸੀ ਦੀਆਂ ਕੁੜੀਆਂ ਦਿਉਰਾਂ ਜੇਠਾਂ ਦੇ ਵਿਆਹ ਨਾਨਕ ਛੱਕਾਂ ਪੂਰਨੀਆਂ ਨੇ ਰਿਸ਼ਤੇ ਨਿਭਦੇ ਕਿਵੇਂ ਸੀ ਤੇ ਬਿਨਾ ਕਿਸੇ ਝਗੜਿਆਂ ਦੇ ਨਿਭਦੇ ਸੀ ਤੰਗੀਆਂ ਤਰਸ਼ੀਆਂ ਵੱਧ ਹੋਣ ਦੇ ਬਾਵਜੂਦ ਵੀ ਸੋ ਉਹ ਜੱਟੀਆਂ ਜਿਹੜੀਆਂ ਉਹ ਸਾਰੀਆਂ ਜੱਟੀਆਂ ਸਲਾਮ ਦੇ ਕਾਬਲ ਨੇ ਤੇ ਜੱਟੀਆਂ ਦਾ ਤਾਜ ਹਾਸਲ ਕਰਕੇ ਦਰਦ ਬਹੁਤ ਹੰਢਾਉਣੇ ਪਏ ਨੇ ਸਾਡੀਆਂ ਮਾਵਾਂ ਨੂੰ ਪਰ ਇਹ ਕਾਮ ਧਾਰਨਾ ਬਣੀ ਹੈ ਕਿ ਜੱਟ ਜਿਵੇਂ ਕ੍ਰਿਟੀਸਾਈਜ਼ ਹੋਇਆ ਨਾ ਜੀ ਖਾਸ ਤੌਰ ਤੇ ਪਿਛਲੇ ਕੁਝ ਦਹਾਕਿਆਂ ਚ ਜਦੋਂ ਤੋਂ ਗੀਤਾਂ ਨੇ ਜੱਟ ਨੂੰ ਡਿਫਰੈਂਟ ਤਰੀਕੇ ਨਾਲ ਪ੍ਰੈਜੈਂਟ ਕੀਤਾ ਤੇ ਜੱਟ ਕ੍ਰਿਟੀਸਾਈਜ਼ ਬਹੁਤ ਹੋਇਆ ਜੀ ਗੈਰ ਪੰਜਾਬੀ ਖਾਸ ਤੌਰ ਤੇ ਸਾਨੂੰ ਬਹੁਤੇ ਸਵਾਲ ਕਰਦੇ ਕਿ ਤੁਸੀਂ ਤਾਂ ਕਹਿੰਦੇ ਹੋ ਜੀ ਸਾਡੀ ਖੇਤੀ ਦੇ ਹਾਲਾਤ ਬਹੁਤ ਮਾੜੇ ਨੇ ਕਿਸਾਨ ਤਾਂ ਧਰਨੇ ਲਾਉਂਦਾ ਜੀ ਔਰ ਜੱਟ ਤਾਂ ਫਾਹੇ ਲੈਂਦਾ ਜੀ ਪਰ ਤੁਹਾਡੇ ਕੋਲ ਤਾਂ ਗੱਡੀਆਂ ਕਰੋੜਾਂ ਵਾਲੀਆਂ ਨੇ ਤਾਂ ਆਨੰਦ ਲੈਂਦੇ ਉਵੇਂ ਜੱਟੀਆਂ ਬਾਰੇ ਵੀ ਨਾ ਇੱਕ ਧਾਰਨਾ ਕਿਉਂਕਿ ਮੈਂ ਸਮਾਜ ਦੇ ਹਰ ਵਰਗ 'ਚ ਤਕਰੀਬਨ ਜਦੋਂ ਵਿਚਰਦਾ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਔਰਤਾਂ ਦੀਆਂ ਮਰਦਾਂ ਦੀਆਂ ਉਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂ ਜੱਟੀਆਂ ਬਾਰੇ ਵੀ ਇਹ ਧਾਰਨਾ ਬਣੀ ਕਿ ਇਹ ਹੰਕਾਰ ਨਾਲ ਭਰੀਆਂ ਨੇ ਜਾਂ ਇਹਨਾਂ ਦਾ ਗਹਿਣਾ ਗੱਟਾ ਦੇਖੋ ਤੁਸੀਂ ਆਮ ਜਿਹੜੇ ਮਹਾਜਨ ਪਰਿਵਾਰ ਜਾਂ ਬਾਕੀ ਪਰਿਵਾਰਾਂ ਦੀਆਂ ਔਰਤਾਂ ਨੇ ਇਹ ਅਕਸਰ ਕਹਿੰਦੀਆਂ ਜੇ ਉਹ ਸੂਟ ਵੀ ਖਰੀਦਣ ਗਈਆਂ ਵੀ ਇਹ ਤਾਂ ਇਹਦਾ ਜਟੀਆਂ ਵਾਲਾ ਸੂਟ ਹੈ ਸਾਨੂੰ ਸਾਡੇ ਵਾਲੇ ਦਿਓ ਜਾਂ ਗਹਿਣਾ ਬਹੁਤ ਭਾਰਾ ਜਿਹਾ ਬਣਵਾਉਣਾ ਹੈ ਤਾਂ ਉਹਨੇ ਸੁਨਾਰੇ ਨੂੰ ਕਹਿਣਾ ਵੀ ਸਾਡੇ ਹਿਸਾਬ ਦਾ ਦਿਓ ਵੀ ਏਡੇ ਏਡੇ ਜਿਵੇਂ ਹੁਣ ਤੁਸੀਂ ਜੁਐਲਰੀ ਪਾਈ ਹੈ ਵੀ ਇਹਦਾ ਜਟਾਂ ਵਾਲੀ ਜੁਐਲਰੀ ਹੈ ਇਹ ਇਹ ਧਾਰਨਾ ਤੁਸੀਂ ਸਮਝਦੇ ਹੋ ਇਸ ਗੱਲ ਨੂੰ ਬਿਲਕੁਲ ਜੀ ਬਿਲਕੁਲ ਅਸਲ ਵਿੱਚ ਨਾ ਜਦੋਂ ਤੁਸੀਂ ਤੁਹਾਡੇ ਘਰ ਰਿਜ਼ਕ ਆਉਂਦਾ ਉਹਨੂੰ ਮੈਨੇਜ ਕਰਨਾ ਮਹਾਜਨਾ ਬੁੱਧੀ ਇਸੇ ਲਈ ਕਾਮਯਾਬ ਜ਼ਿਆਦਾ ਹੋਈ ਨਾ ਜਿਹੜੇ ਬਾਣੀਆਂ ਲੋਕ ਨੇ ਮਹਾਜਨਾ ਬੁੱਧੀ ਆ ਉਹ ਟ੍ਰੇਡ ਨੂੰ ਕਰਨ ਚ ਕਾਮਯਾਬ ਹੋਏ ਜੱਟ ਜਿਹੜੇ ਸੀ ਜਦੋਂ ਉਹਨਾਂ ਕੋਲ ਆਉਂਦਾ ਨਾਲ ਉਹਨਾਂ ਨੂੰ ਹੁੰਦਾ ਵੀ ਕੁਛ ਦਿਨ ਹੁਲਾਰੇ ਲੈ ਲੋ ਅੱਗੇ ਤੰਗੀ ਕੱਟਣੀ ਪੈ ਸਕਦੀ ਆ ਫਾਹਿਆਂ ਤੱਕ ਵੀ ਅਸੀਂ ਤਾਂ ਹੀ ਪੁੱਜੇ ਮਤਲਬ ਕਿ ਮੈਂ ਸ਼ਰੀਆ ਮੈਂ ਗੱਲ ਸਵੀਕਾਰ ਦੀ ਆ ਕਿ ਸਾਡਾ ਫੁਕਰ ਆ ਪਣ ਸਾਡੇ ਵਿੱਚ ਇੱਕ ਦਿਖਾਵੇ ਦੀ ਜਿਹੜੀ ਆਦਤ ਸੀ ਉਹਨੂੰ ਅਸੀਂ ਜਿਵੇਂ ਮਰਜ਼ੀ ਕਰਕੇ ਕਰੋੜਾਂ ਦੀਆਂ ਗੱਡੀਆਂ ਲਈਆਂ ਚਾਹੇ ਰਾਤ ਹੀ ਲੱਗਦੀ ਜ਼ਮੀਨ ਵੇਚ ਕੇ ਪਹਿਲਾਂ ਗੱਡੀ ਲੈ ਲਈ ਫਿਰ ਕੋਠੀ ਪਾ ਲਈ ਉਹ ਕੋਠੀ ਨੂੰ ਪੇਂਟ ਕਰਾਉਣ ਲਈ ਪੈਸੇ ਨਹੀਂ ਬਚੇ ਤਾਂ ਵੱਖਰੀ ਗੱਲ ਹੈ ਧੀ ਦੇ ਵਿਆਹ ਲਈ ਤੁਸੀਂ ਵਰਤਾਰਾ ਜਿਹੜਾ ਕੀਤਾ ਉਹਦੇ ਵਿੱਚ ਤੁਸੀਂ ਕੁੜਮਾ ਨੂੰ ਅਦਾਜ ਵਿੱਚ ਵੀ ਬਹੁਤ ਕੁਝ ਦਿੱਤਾ ਖਾਣੇ ਬਾਣੇ ਵੀ ਉਹ ਜੇ ਪਰੋਸੇ ਬਾਣਾ ਤੁਹਾਡਾ ਪਹਿਰਾਵਾ ਖਾਣਾ ਵੈਸਾ ਪਰੋਸਿਆ ਜਿਹਦੇ ਵਿੱਚ ਕਿਤੇ ਮਨਫੀ ਕਰਨ ਦਾ ਕੁਝ ਸੋਚਿਆ ਹੀ ਨਹੀਂ ਜੋੜੀ ਕਰੀ ਚੱਲੋ ਜੋੜੀ ਕਰੀ ਚੱਲੋ ਫਿਰ ਅੰਤ ਜਾ ਕੇ ਸਾਨੂੰ ਉਹ ਕੁਛ ਹੋਇਆ ਜਿਹਦੇ ਨਾਲ ਸਾਨੂੰ ਹਾਹਿਆਂ ਤੱਕ ਮਜਬੂਰ ਹੋਣਾ ਪਿਆ ਮੈਂ ਸਵੀਕਾਰ ਕਰਦੀ ਹਾਂ ਕਿ ਜੱਟਾਂ ਚ ਕੱਲਿਆਂ ਚ ਨਹੀਂ ਸਾਰੇ ਪੰਜਾਬੀਆਂ ਦੇ ਵਿੱਚ ਹੀ ਬਦਨ ਸਾਡੇ ਜੀਨਸ ਵਿਕੋ ਲਿੱਤਰਿਆ ਕਿਉਂਕਿ ਅਸੀਂ ਜਿਪਸੀ ਜਿਹਾ ਹੀ ਰਹੇ ਹਾਂ ਕਿੰਨੇ ਇਨਵੇਡਰਸ ਜਿਹੜੇ ਆਏ ਸਾਡੇ ਤੇ ਹਮਲਾਵਾਰ ਕਿਉਂਕਿ ਪੰਜਾਬ ਦਰਵਾਜ਼ਾ ਸੀ ਤੁਹਾਡਾ ਜਿੱਥੋਂ ਲਤਾੜ ਕੇ ਨੰਗਦੇ ਸੀ ਉਹ ਚਾਹੇ ਅਬਦਾਲੀ ਆਇਆ ਕੋਈ ਆਇਆ ਪੰਜਾਬ ਖੜਗ ਪੂਜਾ ਰਹੀ ਆ ਆਪਾਂ ਹਿਸਟਰੀ ਚ ਪੜਦੇ ਆ ਕੋਈ ਸ਼ੱਕ ਆਇਆ ਹੁੰਨ ਆਇਆ ਮੁਗਲ ਆਏ ਜਿਨ੍ਹਾਂ ਨੇ ਵੀ ਹਮਲੇ ਕੀਤੇ ਉਹਨਾਂ ਪਹਿਲਾਂ ਪੰਜਾਬੀਆਂ ਨੇ ਸਹਾਰਿਆ ਫੇਰ ਸਾਡੇ ਕਹਾਵਤਾ ਬਣੀ ਆ ਕਿ ਖਾਦਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹਦ ਆ ਜੀ ਇਹ ਸਾਰੀਆਂ ਚੀਜ਼ ਸਾਡੇ ਜੀਨਸ ਵਿੱਚ ਪਈਆਂ ਨੇ ਨਾ ਮੈਂ ਤਾਂ ਹੁਣ ਇਹ ਗੱਲ ਨਹੀਂ ਸਕੋ ਸੱਚੀ ਮੈਂ ਸੰਦੇਸ਼ ਦਿੰਨੀ ਹਰ ਤਾਂ ਦੇ ਕਿ ਬੁੱਧੀ ਵੱਲੋਂ ਵੀ ਸੋਚੋ ਥੋੜਾ ਜਿਆ ਕੋਈ ਹੋਰ ਸਟੇਟ ਦੇ ਲੋਕੀ ਜਦੋਂ ਕੋਈ ਮਤਲਬ ਕਿ ਚੋਣ ਵੀ ਜਿੱਤਦੇ ਆ ਮੰਨ ਲਓ فرض ਕਰੋ ਚੋਣ ਵੀ ਜਿੱਤਦੇ ਆ ਉਹ ਪਾਰਲੀਮੈਂਟ ਤੱਕ ਜਾਂਦੇ ਨੇ ਤਾਂ ਉਹਨਾਂ ਨੂੰ ਸਾਰਾ ਪਤਾ ਹੁੰਦਾ ਫੰਡ ਕਿੱਥੋਂ ਕਿੱਥੋਂ ਘੜਾਉਣੇ ਆ ਡਿਵੈਲਪਮੈਂਟ ਕਿਵੇਂ ਕਰਨੀ ਆ ਸਾਡੇ ਵਾਲਿਆਂ ਨੂੰ ਪਹਿਲਾਂ ਇਹ ਹੁੰਦਾ ਕਿ ਬਰਗੇਡ ਵੱਡੀ ਕਰਕੇ ਸਮਾਜ ਨੂੰ ਦਿਖਾਉਣਾ ਕਿ ਹੁਣ ਮੈਂ ਬਣ ਗਿਆ ਮਾਫ ਕਰਨਾ ਸਾਰੇ ਇਹੋ ਜਿਹੇ ਨਹੀਂ ਹੁੰਦੇ ਹੋਣਗੇ ਇਹ ਖਾਵਾ ਇਹ ਵਰਤਾਰਾ ਰਿਹਾ ਇਹ ਖਾਵਾ ਜਿਹੜਾ ਸਾਡੇ ਵਿੱਚ ਆ ਨਾ ਇਹ ਪੰਜਾਬੀਆਂ ਨੂੰ ਮਾਰ ਮਟਾਇਆ ਇਸ ਚੀਜ਼ ਨੇ ਪਹਿਲੀ ਵਾਰ ਮਾਰ ਮਿਟੇ ਸੀ ਪਹਿਲਾਂ ਗੁਰਦਾਸਮਨ ਸਾਹਿਬ ਨੇ ਕਿਹਾ ਸੀ ਗੁਰਦਾਸਮਨ ਹੋਣਾ ਨੇ ਕਿਹਾ ਕਿ ਸ਼ਿਵਜੀ ਦੀ ਜਟਾ ਚੋਂ ਜੱਟ ਨਿਕਲੇ ਪਤਾ ਨਹੀਂ ਇਹ ਸੱਚ ਹੈ ਝੂਠ ਹੈ ਇਹ ਕਿੰਨੀ ਉਹਨਾਂ ਨੇ ਕਿਵੇਂ ਕਹਿਤੀ ਇਹ ਗੱਲ ਪਰ ਮੈਨੂੰ ਬਹੁਤ ਅਜੀਬ ਲੱਗੀ ਉਹਨਾਂ ਦੀ ਇਹ ਗੱਲ ਦੇਖੋ ਮੈਂ ਤਾਂ ਜੇ ਮੈਂ ਹਲੇ ਇਸ ਪਾਸੇ ਚੱਲੋ ਕਿ ਮੈਂ ਧਰਮ ਦਾ ਵੀ ਧਰਮ ਮੇਰੇ ਲਈ ਰਸਤਾ ਹੈ ਇੱਕ ਅਨੁਸ਼ਾਸਨ ਦਾ ਧਰਮ ਤੋਂ ਪਰੇ ਖੁਦਾ ਹੈ ਹੱਦ ਟੱਪੇ ਔਲੀਆ ਬੇਹੱਦ ਟੱਪੇ ਹੈਨਾ ਪੀਰ ਹੱਦ ਬੇਹੱਦ ਦੋਨੋਂ ਟੱਪੇ ਸੋਈ ਫਕੀਰ ਫਕੀਰ ਫੇ ਫਾ ਕਾਫ ਯੇ ਰੇ ਚਾਰ ਉਰਦੂ ਦੇ ਲਫ਼ਜ਼ਾਂ ਨਾਲ ਬਣਦਾ ਜਿਹੜਾ ਫਨਾ ਕਰ ਸਕੇ ਕੁਦਰਤ ਦੇ ਵਿੱਚ ਯਾਦ ਵਿੱਚ ਜਕਸੂਈ ਰਵੇ ਤੇ ਰਹਿਮ ਦਿਲ ਹੋਵੇ ਮੇਰੇ ਲਈ ਫਕੀਰੀ ਦੇ ਮਾਇਨੇ ਇਹ ਨੇ ਜੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੀ ਆ ਤਾਂ ਮੈਂ ਕੁਰਾਨ ਸ਼ਰੀਫ ਵੀ ਪੜ੍ਹਦੀ ਆ ਮੈਂ ਬਾਈਬਲ ਵੀ ਦੇਖ ਰਹੀ ਆ ਹਾਲੇ ਮੈਂ ਐਸ ਤੱਕ ਨਹੀਂ ਪਹੁੰਚੀ ਵੀ ਹਿੰਦੂ ਧਰਮ ਦਾ ਮੁਤਾਲਾ ਜਿਹੜਾ ਅਸਲ ਵਿੱਚ ਤਾਂ ਸਾਰਾ ਇੱਕੋ ਥਾਂ ਤੇ ਰੱਬ ਦੀ ਸਲਾਹ ਹੈ ਰੱਬ ਦੀ ਸਿਫਤੀ ਆ ਹੁਣ ਉਹਨਾਂ ਨੇ ਇਹ ਕਮੈਂਟ ਕਿਵੇਂ ਕੀਤਾ ਪੜ੍ਹੇ ਹੀ ਹੋਏਗਾ ਕਿ ਤੂੰ ਕਿਉਂਕਿ ਉਹ ਬੁੱਧੀ ਜੀ ਵੀ ਨੇ ਗੁਰਦਾਸ ਮਨ ਪਾਈ ਸਾਹਿਬ ਬਹੁਤ ਇhtram ਦੇ ਕਾਬਲ ਨੇ ਪਰ ਮੈਂ ਤਾਂ ਜੱਟਾਂ ਨੂੰ ਜ਼ਮੀਨ ਨਾਲ ਜੋੜਦੀ ਆ ਕਿ ਕਈ ਜੱਟ ਹੁਣ ਐਸੇ ਨੇ ਜਿਨ੍ਹਾਂ ਕੋਲ ਜ਼ਮੀਨ ਥੋੜੀ ਆ ਪਰ ਉਹ ਵੀ ਚਾਹੁੰਦੇ ਆ ਕਿ ਤਾਮ-ਜਾਮ ਜਿੰਨਾ ਕਿ ਚੱਕ ਸਕਦੇ ਆ ਚੱਕੀਏ ਤੁਹਾਡਾ ਸਵਾਲ ਅਸਲ ਚ ਇਹ ਸੀ ਕਿ ਜੱਟ ਕਰੋੜਾਂ ਦੀਆਂ ਗੱਡੀਆਂ 'ਚ ਘੁੰਮਦੇ ਆ ਤੇ ਜਟੀਆਂ ਦੇ ਗਹਿਣੇ ਉਹਦਾ ਆਨਸਰ ਮੈਂ ਇਹੀ ਦੇ ਸਕਦੀ ਆ ਕਿ ਸਾਡੇ ਜੀਨਸ ਇਹ ਹੋ ਜੇ ਨੇ ਕਿ ਖਾ ਲੋ ਪੀ ਲੋ ਐਸ਼ ਕਰ ਲੋ ਕੱਲ ਦਾ ਕੋਈ ਪਤਾ ਨਹੀਂ ਪਰ ਮੈਨੇਜਮੈਂਟ ਕਰ ਲੋਗੇ ਤਾਂ ਇਹ ਜਿਹੜੇ ਜੀਨਸ ਨੇ ਇਹ ਦੂਰ ਤੱਕ ਪਹੁੰਚਾਉਣੇ ਸਾਡਾ ਫਰਜ਼ ਆ ਮੈਂ ਚਾਹੁੰਨੀ ਆ ਕਿ ਪੰਜਾਬੀ ਹਲੀਮੀ ਮੇਰਾ ਸੰਦਰਭੇ ਵੀ ਸੀ ਕਿ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ ਕਿ ਤੁਸੀਂ ਕਿਹਾ ਸੀਗਾ ਕਿ ਉਸ ਤਖਤ ਜਾਂ ਉਸਤਾਜ ਦੇ ਪਿੱਛੇ ਔਰਤਾਂ ਦਾ ਸੰਘਰਸ਼ ਹੈ ਜਿਹੜਾ ਕਿ ਜੇ ਲੋਕਾਂ ਨੂੰ ਜਟੀਆਂ ਦੇ ਗਹਿਣੇ ਦਿਸਦੇ ਆ ਜੇ ਉਹਨਾਂ ਦੇ ਸੂਟ ਦਿਸਦੇ ਆ ਤਾਂ ਉਹਦੇ ਪਿੱਛੇ ਦਾ ਉਹਦਾ ਸੰਘਰਸ਼ ਕਿਉਂ ਨਹੀਂ ਦਿਸਦਾ ਮੇਰਾ ਇਹ ਇਹ ਵੀ ਇੱਕ ਸਵਾਲ ਹੈ ਕਿ ਕੰਸੋਲੇਸ਼ਨ ਸਿਰਫ ਕਿ ਅੱਜ ਤੋਂ 30 ਸਾਲ ਪਹਿਲਾਂ ਜੇ ਗੀਤ ਜਾਂ ਬੋਲੀਆਂ ਚ ਵੀ ਇਹ ਸੀ ਵੀ ਪੱਤਾ ਲੈ ਕੇ ਖੇਤ ਨੂੰ ਚੱਲੀ ਤੇ ਉਹ ਰੋਟੀ ਪਹਿਲਾਂ ਥੱਬਾ ਪਕਾਉਣਾ ਉਹਨੇ ਫਿਰ ਉਹਨੇ ਚੱਕ ਕੇ ਸਿਰ ਤੇ ਲੈ ਕੇ ਵੀ ਜਾਣਾ ਤਾਂ ਉਹ ਇਹ ਤਾਂ ਹੈ ਨਹੀਂ ਸੀਗਾ ਵੀ ਗਹਿਣੇ ਪਾ ਕੇ ਤੇ ਉਹ ਸੂਟ ਸੋਨੇ ਪਾ ਕੇ ਉੱਥੇ ਜਾਂਦੀ ਹੋਣੀ ਹੈ ਉਹ ਸੰਘਰਸ਼ ਬਿਲਕੁਲ ਬਿਲਕੁਲ ਦੇ ਨਾਲ ਮੈਂ ਕੰਪੇਅਰ ਕਰਨਾ ਚਾਹ ਰਿਹਾ ਮੈਂ ਤਾਂ ਸਿਰਫ ਇਸ ਗੱਲ ਨੂੰ ਆ ਹੀ ਕਹਿੰਦੀ ਹਾਂ ਕਿ ਇਹ ਇੱਕ ਕੰਸੋਲੇਸ਼ਨ ਦੀ ਟਰੋਫੀ ਮਿਲਦੀ ਸੀ ਉਸ ਨੂੰ ਕਿੰਨੇ ਬੇਜੋੜ ਵਿਆਸ ਇਸ ਸਮਾਜ ਦੇ ਵਿੱਚ ਚਾਰ ਪੰਜ ਭਰਾ ਛੜੇ ਨੇ ਇੱਕ ਜਾਨੇ ਨੂੰ ਵਿਆਹ ਲੋ ਰੋਟੀ ਪੱਕਦੀ ਹੋ ਜੂ ਤੇ ਫਿਰ ਵੀ ਗਹਿਣੇ ਤਾਂ ਉਹਨੂੰ ਪਾਉਂਗੀ ਤੁਸੀਂ ਹੈਨਾ ਜ਼ਮੀਨ ਨੂੰ ਬਚਾਉਣ ਦੇ ਲਈ ਭਾਬੀ ਜੁਗਤ ਲੜਾ ਲੈਂਦੀ ਸੀ ਵੀ ਦਿਓਰ ਨਾ ਵਹ ਜਾਵੇ ਜੀਟ ਛੜੇ ਨੂੰ ਵੀ ਰੋਟੀ ਮੈਨੂੰ ਦੀ ਇਹ ਕੋੜਾ ਸੱਚ ਸੀ ਇਹ ਕੋੜਾ ਸੱਚ ਸੀ ਮਰਦੀ ਨੇ ਅਕਚਬਿਆ ਨਹੀਂ ਮੈਂ ਹਾਰ ਕੇ ਜੀਟ ਨਾਲ ਲਾਈਆਂ ਹੈ ਨਾ ਉਹਦਾ ਉਹ ਔਰਤ ਦਾ ਸੰਘਰਸ਼ ਜਾਣੋ ਕਿ ਉਹ ਕਿਵੇਂ ਵਿਚਰੀ ਹੋ ਸਾਰੇ ਕਾਸੇ ਦੇ ਵਿੱਚ ਮੇਰੇ ਦਾਦੀ ਸੱਸ ਸਾਡੇ ਪਰਿਵਾਰ ਦੇ ਵਿੱਚ ਮੇਰੇ ਪੰਜ ਭਰਾ ਨੇ ਸੋਹਰਾ ਸਾਹ ਮੰਗਟ ਪਰਿਵਾਰ ਦੇ ਮੈਂ ਤਾਂ ਸੇਖੋਂ ਦੀ ਧੀ ਹਾਂ ਮੰਗਟਾਂ ਚ ਵਿਆਹੀ ਆਈਆਂ ਮਤਲਬ ਕਿ ਮੇਰੀ ਦਾਦੀ ਸੱਸ ਦਾ ਦੇਸ਼ ਜਿਹਨੂੰ ਕਹਿੰਦੇ ਆ ਉਹਨੇ ਆਪਣੀ ਪਤੀ ਸਪਾਲ ਕੇ ਵੱਡੀ ਕੀਤੀ 8-9 ਸਾਲਾਂ ਦੀ ਦੋ ਭੈਣਾਂ ਮੁੱਲ ਲਿਆਂਦੀਆਂ ਇੱਕੋ ਪਿੰਡ ਦੇ ਵਿੱਚ ਹੂੰ ਜਿਹੜੀ ਉਹ ਪਤੀਸ ਮੇਰੀ ਮਤਲਬ ਕਿ ਦਦੇਸ਼ ਦੀ ਦਰਾਨੀ ਜਠਾਣੀ ਹੋएगी ਮੇਰੀ ਦਾਦੀ ਸੱਸ ਦੀ ਹੁਣ ਬਾਲੇ ਬੱਚਨ ਤੇ ਵੀ ਨਹੀਂ ਪਦਦੇਸ਼ ਜਾਂ ਪਤੀਸ ਕੀ ਹੁੰਦੇ ਪਤੀਸ ਚਾਚੀ ਨੂੰ ਕਹਿੰਦੇ ਨੇ ਜਿਹਦੇ ਇਸ ਦਾਦੀ ਸੱਸ ਨੂੰ ਕਹਿੰਦੇ ਨੇ ਤੇ ਉਹਨਾਂ ਨੇ 8-9 ਸਾਲ ਦੀ ਬਾਲੜੀ ਨੂੰ ਛੰਨੇ ਦੇ ਦੁੱਧ ਪਲਾ ਪਲਾ ਕੇ ਵੱਡੀ ਕੀਤਾ ਮੇਰੀ ਦਾਦੀ ਸੱਸ ਨੇ ਕਿ ਇਹਨੂੰ ਮੈਂ ਭਾਰ ਜੋਬਨ ਮਟਿਆਰ ਬਣਾ ਦਵਾ ਫੇਰ ਇਹ ਅੱਗੇ ਸਾਡੀ ਕੋਲ ਨੂੰ ਚਲਾ ਦੇ ਤਾਂ ਕਿ ਮੇਰਾ ਦਿਓਰ ਪਿੱਛੇ ਨਾ ਰਹਿ ਜਾਵੇ ਜਣੀ ਜਿੱਥੇ ਆਪਾਂ ਇਹ ਕਹਿੰਨੇ ਵੀ ਮਰਦੀ ਨੇ ਅੱਕ ਚੱਬੇ ਆ ਉੱਥੇ ਨਾਲ ਇਹ ਸਮਾਜ ਹਮੇਸ਼ਾ ਕੰਪੈਰੀਟਿਵਲੀ ਚੱਲਦਾ ਨਾਲ ਇਹ ਉਦਾਹਰਣ ਵੀ ਪਈ ਆ ਕਿ ਉਹਨੇ ਆਪਣਾ ਦਿਓਰ ਵਿਆਹ ਹੈ ਹੈਨਾ ਸੋ ਇਹ ਦੋਨਾਂ ਹੀ ਔਰਤਾਂ ਦਾ ਸੰਘਰਸ਼ ਕਾਬਲੀ ਤਰੀਫ ਹੈ ਜਿਨੇ ਉਪਾਲੀ ਉਹ ਵੀ ਜਿਨੇ ਫਿਰ ਅੱਗੇ ਜਾ ਕੇ ਪੰਜ ਪੁੱਤ ਜੰਮੇ ਧੀ ਜੰਮੀ ਉਹ ਘਰ ਨੂੰ ਚਲਾਇਆ ਤੇ ਮੇਰੀ ਦਾਦੀ ਸਸ ਚਾਹਦੀ ਤਾਂ ਉਹ ਜ਼ਮੀਨ ਆਪਣੇ ਕੋਲ ਰੱਖ ਸਕਦੀ ਸੀ ਪਰ ਉਹਨੇ ਨਹੀਂ ਕੀਤਾ ਐਵੇਂ ਸੋ ਉਹ ਔਰਤਾਂ ਨੂੰ ਗਹਿਣੇ ਤਾਂ ਮਿਲਦੇ ਸੀਗੇ ਉਹ ਔਰਤਾਂ ਹਾਰੀਆਂ ਸ਼ਿੰਗਾਰੀਆਂ ਤਾਂ ਜਾਂਦੀਆਂ ਸੀ ਵੇਜੋੜ ਵਿਆਹ ਦੇ باوجود ਤਲਾਕ ਥੋੜੀ ਹੁੰਦੇ ਸੀ ਅੱਜ ਦੀ ਤਰ੍ਹਾਂ ਕੁਸ਼ਕਦੀਆਂ ਨਹੀਂ ਸੀ ਪਰਿਵਾਰ ਦੇ ਵਿੱਚ ਅਨੁਸ਼ਾਸਨ ਹੁੰਦਾ ਸੀ ਕਿ ਵੱਡੀ ਔਰਤ ਦੀ ਚੱਲੂਗੀ ਰੋਟੀ ਸਭ ਨੂੰ ਪਕਾ ਕੇ ਰੱਖਦੇ ਹੋ ਵੱਡੀ ਵਰਤਾਊਗੀ ਛਾਬੇ ਚ ਔਰਤਾਂ ਲਈ ਤਾਂ ਰੋਟੀ ਨਹੀਂ ਸੀ ਬਚਦੀ ਹੁੰਦੀ ਚੱਕੀ ਪੀਸਦੀਆਂ ਸੀ ਜਦੋਂ ਮੇਰੇ ਪੇਕੇ ਪਿੰਡ ਦੇ ਵਿੱਚ ਇੱਕ ਮੇਰੀ ਚਾਚੀ ਗੱਲਾਂ ਸੁਆਉਂਦੀ ਹੁੰਦੀ ਸੀ ਕਿ ਅਸੀਂ ਸਾਰਾ ਦਿਨ ਪਹਿਲਾਂ ਤਾਂ ਚੱਕੀ ਪੀਣੀ ਫਿਰ ਨਰਮਾ ਕੱਤਣਾ ਤੇ ਤੜਕੇ 2 ਵਜੇ ਹੁੱਜ ਮਾਰ ਕੇ ਸੱਸ ਉਠਾਉਂਦੀ ਹੁੰਦੀ ਸੀ ਵੀ ਚਲੋ ਭਾਈ ਬੜਦਾ ਨੂੰ ਸਨੀਆਂ ਕਰੋ ਹਮ ਹੈਨਾ ਮੱਜਾਂ ਨੂੰ ਸਨੀਆਂ ਕਰੋ ਫਿਰ ਧਾਰਾਂ ਚੋ ਉਹ ਕਹਿੰਦੀ ਮੱਜਾਂ ਦੀ ਖੁਰਲੀ ਦੇ ਵਿੱਚੋਂ ਬੱਕਲੀਆਂ ਦਾ ਥੱੱਬਾ ਭਰ ਕੇ ਆਏ ਬੋਕ ਭਰ ਕੇ ਖਾ ਜਾਂਦੀ ਹੁੰਦੀ ਸੀ ਕਿਉਂਕਿ ਭੁੱਖ ਲੱਗਣੀ ਵੀ ਕੰਮ ਕਰਨਾ ਤੇ ਜਿਹੜਾ ਆਟਾ ਪੀਸ ਕੇ ਜਦੋਂ ਰੋਟੀ ਪਕਾਉਣੀ ਤਾਂ ਸ਼ਾਬੇ ਵਿੱਚ ਰੋਟੀਆਂ ਗਿਣ ਕੇ ਪਹਿਲਾਂ ਮਰਦਾਂ ਲਈ ਰੱਖ ਲੈਣਗੇ ਫਿਰ ਕੁਆਰੀ ਨਣਦ ਚੱਕ ਲੂਗੀ ਤੁਹਾਡੇ ਲਈ ਕਦੇ ਅੱਧਾ ਟੁਕੜ ਵੀ ਨਹੀਂ ਸੀ ਬਚਦਾ ਹੁੰਦਾ ਤੇ ਉਹ ਔਰਤਾਂ ਵਿਚਾਰੀਆਂ ਫਿਰ ਗਹਿਣੇ ਨਾਲ ਹੀ ਜ਼ਿੰਦਗੀ ਨੂੰ ਕੰਸੋਲ ਕਰਦੀਆਂ ਹੋਣਗੀਆਂ ਤੇ ਵਿਆਹ ਸ਼ਾਦੀ ਤੇ ਫਿਰ ਵੀ ਨੱਚਦੀਆਂ ਸੀ ਕਮਾਲ ਦੇ ਨਾਲ ਕਿ ਮੇਰਾ ਵੀਰ ਵਸੇ ਮੇਰਾ ਦਿਉਰ ਵਸੇ ਸੱਸ ਨੂੰ ਗਾਲਾਂ ਵੀ ਕੱਢਦੀਆਂ ਸੀ ਕਿਉਂਕਿ ਸੱਸ ਉਹਨੇ ਤੇ ਚਤਰਾਈ ਖੇਡਦੀ ਸੀ ਜੀਠ ਮਾੜੇ ਸੀ ਤੇ ਜੀਠਾਂ ਦੀ ਇੱਥੋਂ ਸਮਾਜ ਉਪਜਿਆ ਸਾਰਾ ਉਸ ਸਮਾਜ ਦੀ ਉਪਜਾ ਜਿਹੜੀ ਉਹ ਸਾਡੇ ਲੋਕਧਾਰਾ ਦੇ ਵਿੱਚ ਹੂਬ ਹੂ ਉਵੇਂ ਪਈ ਆ ਤਾਂ ਜਿਹੜੀ ਗੀਤਾਂ 'ਚ ਜਾਂ ਬੋਲੀਆਂ 'ਚ ਜਾਂ ਸਿੱਠਣੀਆਂ ਇਹਨਾਂ 'ਚ ਜਿਹੜੇ ਮੇਹਣੇ ਵੱਜੇ ਜੀ ਏ ਫਰਸਟ੍ਰੇਸ਼ਨ ਚੋਂ ਨਿਕਲਦੇ ਆ ਜਾਂ ਸਿਰਫ ਐਂਟਰਟੇਨਮੈਂਟ ਦਾ ਸੋਰਸ ਸੀਗਾ ਇਹ ਨਿਕਲੇ ਫਰਸਟ੍ਰੇਸ਼ਨ ਦੇ ਵਿੱਚੋਂ ਪਰ ਐਂਟਰਟੇਨਮੈਂਟ ਦਾ ਸੋਰਸ ਬਣੇ ਸਾਈਕੀਐਟ੍ਰਿਕ ਦੀ ਲੋੜ ਨਹੀਂ ਪਈ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਡਿਪਰੈਸ਼ਨ ਨਹੀਂ ਹੋਇਆ ਇੰਨਾ ਕੁਝ ਸਹਾਰ ਕੇ ਵੀ ਔਰਤ ਡਿਪਰੈਸ ਨਹੀਂ ਹੋਈ ਤੁਸੀਂ ਦੇਖੋ ਗੱਡਾ ਜੋੜੋਂਗੇ ਬੋਤੇ ਤੇ ਬਿਠਾਓਗੇ ਪੇਕਿੰਗ ਦੇ ਸ਼ੇਮ ਹੀ ਨਹੀਂ ਜਾਓ ਜਦੋਂ ਘਰ ਵਾਲਾ ਮਹਾਰ ਫੜੂ ਬੋਤੇ ਤੇ ਉਹ ਵੀ ਜਦੋਂ ਘਰ ਵਾਲਾ ਸੋਰ ਵਿੱਚ ਹੋ ਉਹ ਵੀ ਅੱਜ ਮੈਂ ਤੈਨੂੰ ਲੈ ਚੱਲوں ਸੱਸ ਆ ਗਿਆ ਦਊਗੀ ਵੀ ਲਓ ਵੀ ਪੈਸੇ ਲੈ ਲਓ ਮੇਲਾ ਦੇਖਿਆ ਹੋ ਤੁਸੀਂ ਤੇ ਉਹ 6 ਮਹੀਨੇ ਫੇ ਕੀ ਕਰੋਗੀ ਫਿਰ ਉਹਨਾਂ ਨੇ ਆ ਆਪਣੇ ਅੰਦਰ ਬੁਣਤੀਆਂ ਬੁਣੀਆਂ ਬੋਲੀਆਂ ਨਹੀਂ ਆ ਜਿਹੜੀ ਸੱਸ ਅੱਗੇ ਕੁਸਕਦੀ ਨਹੀਂ ਸੀ ਕੁੜੀ ਜੀ ਜੀ ਉਹ ਫਿਰ ਬੋਲੀਆਂ ਚ ਉਹਨੂੰ ਕੰਜਰੀ ਵੀ ਦੱਸਦੀ ਐ ਜਦੋਂ ਜਾ ਕੇ ਉਹ ਉੱਥੇ ਸੱਸ ਸਹਾਰਦੀ ਸੀ ਉਹਨੂੰ ਪਤਾ ਸੀ ਕਿ ਇਹਦੀ ਲਿਬਰਟੀ ਦਾ ਸਥਾਨ ਐ ਇਹ ਜੇ ਮੈਂ ਇਹਨੂੰ ਘਰ ਵਿੱਚ ਵਸਦੀ ਰੱਖਣਾ ਤਾਂ ਇਹਦੀ ਕਿੱਟੀ ਆਹੀ ਆ ਇਹਦਾ ਕਲਾਬ ਉਹ ਸੱਸ ਕਿੱਡੀ ਸਮਝਦਾਰ ਸੀ ਦੇਖੋ ਅਨੁਸ਼ਾਸਨ ਚ ਵੀ ਰੱਖਦੀ ਸੀ ਨਾਲ ਦੀ ਨਾਲ ਉੱਥੇ ਉਹਨੂੰ ਲਿਬਰਟੀ ਦਿੱਤੀ ਸੀ ਵੀ ਆਨਲਾਈਨ ਚ ਖੜੀ ਐ ਇਹ ਇਹ ਹੁਣ ਜੋ ਵੀ ਬੋਲੇ ਮੈਂ ਵੀ ਬੋਲੀ ਚ ਜਵਾਬ ਦੇਵਾਂਗੀ ਉਹ ਕਹਿੰਦੀ ਸੀ ਸਸੇ ਨਹੀਂ 12 40 ਇਹਨੂੰ 13 40 ਆਈ ਹੈ ਨਾ ਉਹ ਕਹਿੰਦੀ ਸੀ ਮੈਂ ਪੇ ਕਿਉਂ ਸੋਣ ਦੀ ਸਾਨੀ ਸਸੇ ਤੇਰੀਆਂ ਕਰਤੂ ਨੋਹੇ ਤੇਰੀਆਂ ਕਰਤੂਤਾ ਹੈ ਨਾ ਮਤਲਬ ਉਹ ਆਪਸ ਵਿੱਚ ਤਾਨੇ ਮੇਲੇ ਓਕੇ ਨੱਚ ਕੇ ਹੀ ਗੁਜ਼ਾਰਾ ਕਰ ਲੈਂਦੀਆਂ ਸੀਗੀਆਂ ਤੁਸੀਂ ਦੇਖੋ ਨਾ ਕਿ ਕਿਸੇ ਦੀ ਕੋਈ ਥਾਂ ਨਹੀਂ ਸੀ ਵਿੱਚ ਮਰਦ ਤਾਂ ਜਿਹੜੇ ਘਰ ਦੇ ਹੁੰਦੇ ਸੀ ਉਹ ਘਰ ਦੇ ਅੰਦਰ ਐਂਟਰ ਕਰਦੇ ਸੀ ਬਗਾਨੇ ਮਰਦ ਨਾਲ ਤਾਂ ਪਰਦਾ ਸੀ ਔਰਤਾਂ ਦਾ ਉਹ ਗੱਲਬਾਤ ਵੀ ਨਹੀਂ ਸੀ ਕਿਸੇ ਹੋਰ ਤੀਜੇ ਨਾਲ ਕਰ ਸਕਦੀਆਂ ਹੁੰਦੀਆਂ ਉਹ ਘਰ ਦੇ ਵਿੱਚ ਉਹਦਾ ਕਥਾਰਸਿਸ ਕਰਨ ਲਈ ਇੱਕ ਪਲੈਟਫਾਰਮ ਗਿੱਦਾ ਜਿਹੜੀਆਂ ਔਰਤਾਂ ਨੇ ਸਿਰਜਿਆ ਨਾ ਉਹ ਬੜੀਆਂ ਮਹਾਨ ਸੋਚ ਵਾਲੀਆਂ ਸੀ ਤੇ ਉਹਨਾਂ ਦੇ ਬਜ਼ੁਰਗਾਂ ਨੇ ਸਾਥ ਵੀ ਦਿੱਤਾ ਇਸ ਚੀਜ਼ ਲਈ ਬਕਾਇਦਾ ਉਹਨਾਂ ਧੀਆਂ ਨੂੰ ਕਿਹਾ ਕਿ ਜਾਓ ਹੁਣ ਸਾਵਣ ਦਾ ਮਹੀਨਾ ਆ ਗਿਆ ਧੀਆਂ ਲਾਓ ਬਾਹਰ ਜਾ ਕੇ ਬਿਲਕੁਲ ਤੁਸੀਂ 7 8 10 ਦਿਨ ਗੀਤ ਗਾਓ ਮੁੰਡੇ ਦਾ ਵਿਆਹ ਕਰਿਆ ਗਿਆ ਕਿ ਨੱਚਾ ਹੁੰਦਾ ਸੀ ਭਾਬੀ ਨੂੰ ਕਿ ਮੇਰੇ ਦਿਉਰ ਦਾ ਵਿਆਹ ਆਇਆ ਉਹਦੇ ਲਈ ਹੌਸਲੇ ਚ ਬਿਹੋਂ ਮੈਸੂਟ ਵੀ ਸਲਾਉ ਮੇਰੀ ਜੁੱਤੀ ਵੀ ਸਿਲਣੀ ਗਈ ਮੇਰੇ ਕਾਂਟੇ ਵੀ ਕਢੇ ਗਏ ਸੱਗੀ ਵੀ ਪਾਉਂਗੀ ਬੇਸ਼ੱਕ ਅੱਦਾ ਦਰਾਨੀ ਨੂੰ ਢੋ ਦੇਣਾ ਉਹਦੇ ਵਿੱਚੋਂ ਬਿਲਕੁਲ ਮਤਲਬ ਇੱਕ ਸਾਡੇ ਸਮਾਜ ਦੀ ਸੱਚਾਈ ਬਹੁਤ ਖੂਬਸੂਰਤ ਆ ਪਰ ਲੜਾਈਆਂ ਝਗੜੇ ਨਹੀਂ ਸੀ ਤੁਸੀਂ ਇੱਕ ਗੱਲ ਤੇ ਅਮਰੀਕਾ ਦੇ ਬਾਦਲ ਪਿੰਡ ਚ ਇੱਕ ਸਪੀਚ ਕਰ ਰਹੇ ਸੀ ਮੈਂ ਉਹ ਸੁਣੀ ਤੇ ਉਹਦੇ ਚ ਤੁਸੀਂ ਇਹ ਜ਼ਿਕਰ ਕਰ ਰਹੇ ਸੀ ਸ਼ਾਇਦ ਕੁੜੀਆਂ ਨੇ ਸ਼ੂਸ਼ਕ ਦਾ ਕੋਈ ਉੱਥੇ ਪਰਫਾਰਮ ਕੀਤਾ ਹੋਣਾ ਤੇ ਤੁਸੀਂ ਬਹੁਤ ਇੱਕ ਐਂਗਰ ਦੇ ਉਸ ਚ ਆ ਕੇ ਕਿਹਾ ਸੀਗਾ ਵੀ ਇਹ ਤੇ ਗਿੱਦਾ ਨਹੀਂ ਹੋਣਾ ਚਾਹੀਦਾ ਅਸਲ ਵਿੱਚ ਉਹ ਗੁੱਡੀ ਫੁਕਣ ਦਾ ਗਿੱਦਾ ਸੀ ਗੁੱਡੀ ਫੁਕਣ ਦਾ ਗੁੱਡੀ ਫੁਕਣ ਦਾ ਤੁਸੀਂ ਕਿਹਾ ਕਿ ਮੁੰਡਾ ਕਿਉਂ ਨਹੀਂ ਫੁੱਕਿਆ ਜਾਂਦਾ ਹਾਂਜੀ ਹਾਂਜੀ ਬਿਲਕੁਲ ਇਹ ਇੱਕ ਬੜਾ ਤੁਸੀਂ ਸਹੀ ਸਵਾਲ ਕੀਤਾ ਗੁੱਡੀ ਫੁਕਣਾ ਸਾਡੇ ਸਮਾਜ ਵਿੱਚ ਇੱਕ ਪ੍ਰਥਾ ਰਹੀ ਜਿਹੜੀ ਮੈਂ ਵੀ ਆਪਣੀਆਂ ਅੱਖਾਂ ਨਾਲ ਦੇਖੀ ਜੀ ਮਤਲਬ ਕਿ ਔਰਤਾਂ ਜਦੋਂ ਮੀਨ ਨਹੀਂ ਸੀ ਨਾ ਪੈਂਦਾ ਸ਼ਾਇਦ ਤੁਸੀਂ ਵੀ ਕਿਤੇ ਆ ਹੁਣ ਰੀਸੈਂਟਲੀ ਵੀ ਥੋੜਾ ਐਲਕੀ ਵੀ ਕਿਤੇ ਫੁੱਕੀ ਗਈ ਹੈ ਨਾ ਕਿ ਮੀਨ ਹੀ ਪੈਂਦਾ ਜੀ ਉਹ ਔਰਤਾਂ ਕਾਸ਼ ਇਹ ਸਮਝ ਸਕਦੀਆਂ ਕਿ ਉਸ ਟਾਈਮ ਮਰਦ ਉਹਨਾਂ ਦੀ ਪ੍ਰੋਗਰਾਮਿੰਗ ਕਰ ਰਹੇ ਸੀ ਮੈਨ ਡੋਮিনেਟਰ ਜਿਹੜੀ ਸੁਸਾਇਟੀ ਸੀ ਔਰਤਾਂ ਦੀ ਬਕਾਇਦਾ ਪ੍ਰੋਗਰਾਮਿੰਗ ਔਰਤਾਂ ਹੀ ਕਰਦੀਆਂ ਸੀ ਉਹਨਾਂ ਮਰਦਾਂ ਦੇ ਵਸ ਪਾਉਣ ਦੇ ਲਈ ਕਿ ਅੱਗੇ ਜਾ ਕੇ ਉਹਨੇ ਕੋਈ ਵੀ ਐਮਏ ਐਮਏ ਪੀਐਚਡੀ ਤਾਂ ਕਰਨੀ ਨਹੀਂ ਸੀ ਹੁੰਦੀ ਉਸ ਦੀ ਨੂੰ ਹੁਣ ਤੁਸੀਂ ਬਗਾਨੇ ਘਰ ਜਾਣ ਲਈ ਜਦੋਂ ਤਿਆਰ ਕਰਨਾ ਹੈ ਨਾ ਤਾਂ ਉਹਨੂੰ ਕੀਰਨੇ ਵੀ ਆਉਣੇ ਚਾਹੀਦੇ ਨੇ ਕੱਲਾ ਕਿੱਦਾਂ ਹੀ ਨਹੀਂ ਮਤਲਬ ਕਿ ਮੈਂ ਗੱਲ ਕਰਾਂ ਆਪਣੀ ਮਾਂ ਦੀ ਤਾਂ ਮੇਰੀ ਮਾਂ ਜਿੰਨਾ ਖੂਬਸੂਰਤ ਗੌਂਦੀ ਸੀ ਉਸ ਤੋਂ ਕਿਤੇ ਵਧੇਰੇ ਖੂਬਸੂਰਤ ਕੀਰਨੇ ਪਾਉਂਦੇ ਸੀ ਮਤਲਬ ਮੇਰੀ ਮਾਂ ਕੰਨਾਂ ਨੂੰ ਰਵਾ ਦਿੰਦੇ ਸੀ ਕਿਉਂਕਿ ਉਹਦੀ ਜ਼ਿੰਦਗੀ 'ਚ ਦੁੱਖ ਬੜੇ ਸੀ ਪੰਜ ਭਰਾਵਾਂ 'ਚੋਂ ਦੋ ਤਿੰਨ ਭਰਾ ਤੁਰ ਗਏ ਫਿਰ ਜਵਾਨ ਭਤੀਜੇ ਤੁਰ ਗਏ ਪਿਤਾ ਛੋਟੀ ਹੁੰਦੀ ਆ ਤੁਰ ਗਏ ਆ ਫਿਰ ਅੱਗੇ ਮੇਰੇ ਪਿਤਾ ਤੁਰ ਗਏ ਉਹਨਾਂ ਦਾ ਜੀਜਾ ਤੁਰ ਗਏ ਆ ਵਿਧਵਾ ਮਾਂ ਔਰਤਾਂ ਦੀ ਇੱਕ ਮੰਡਲੀ ਪੂਰੀ ਦੀ ਪੂਰੀ ਜਿਹੜੀ ਚਿੱਟੀਆਂ ਚੁੰਨੀ ਵਾਲੀ ਇੱਕ ਦਿਨ ਹੌਸਲਾ ਦਿੰਦੀਆਂ ਨੇ ਫਿਰ ਮੇਰੀ ਮਾਂ ਕੀਰਨੇ ਵੀ ਬੜੇ ਖੂਬਸੂਰਤ ਪਾਉਂਦੀ ਸੀ ਸੋ ਮੈਂ ਗੱਲ ਕਰ ਰਹੀ ਸੀ ਕਿ ਧੀਆ ਨੂੰ ਤਿਆਰ ਕਰਦਾ ਸੀ ਮੈਂ ਕਿਰਨੇ ਵੀ ਖੂਬਸੂਰਤ ਹੋ ਸਕਦੇ ਤੁਸੀਂ ਕੀਰਨੇ ਖੂਬਸੂਰਤ ਕਿਉਂ ਨਹੀਂ ਹੋ ਸਕਦੇ ਉਹ ਲੋਕ ਜਿਹੜੇ ਰੋਂਦੇ ਨਹੀਂ ਜਿੱਦਾਂ ਇੱਕ ਪੀਟੀ ਚੱਲਦੀ ਹੁੰਦੀ ਆ ਨਾ ਕਿ ਮਰਾਸਣ ਆਉਂਦੀ ਸੀ ਹਾਏ ਨੀ ਸ਼ੇਰ ਚੱਲਾਂ ਵਿੱਚ ਮਰਿਆ ਕੈਸੀ ਹੋਈ ਪੁਕਾਰ ਸ਼ੇਰ ਚੱਲਾਂ ਵਿੱਚ ਮਰਿਆ ਮੇਰੇ ਫਾਦਰ ਜਦੋਂ ਪੂਰੇ ਹੋਏ ਤਾਂ ਮਰਾਸਣ ਨੇ ਇਹ ਗਾਇਆ ਹਨਾ ਅੱਛਾ ਮੈਂ ਮਤਲਬ ਕਿ ਮੇਰੇ ਫਾਦਰ ਤੋਂ ਬਾਅਦ ਮੈਨੂੰ ਰੱਬ ਨੇ ਕੈਸੀ ਇੱਕ ਅਕਾਲ ਪੁਰਖ ਨੇ ਵਾਹਿਗੁਰੂ ਨੇ ਕੈਸੀ ਸਮਤ ਦਿੱਤੀ ਮੈਂ ਰੋਈ ਹੋਈ ਨਹੀਂ ਮੈਂ ਆਪਣੀ ਮਾਂ ਨੂੰ ਸਿੱਧਾ ਜਾ ਕੇ ਕਿਹਾ ਕਿ ਬੀਬੀ ਹੁਣ ਮੈਂ ਬਾਪੂ ਤੇਰੇ ਵਿੱਚੋਂ ਦੇਖਣਾ ਕਹਿੰਦੀ ਹਾਂ ਪੁੱਤ ਮੇਰੇ ਚੋਂ ਦੇਖਣਾ ਜਦੋਂ ਜਿਸ ਦਿਨ ਆ ਸਿਆਪਾ ਹੋਇਆ ਮਗਾਣਾ ਆਈਆਂ ਜਦੋਂ ਮਰਾਸਣ ਨੇ ਆ ਛੇੜਿਆ ਨਾ ਮੇਰੀ ਮਾਂ ਨੇ ਕੁਕ ਮਾਰੀ ਮੈਂ ਉਸ ਦਿਨ ਰੋਈ ਜਾਸ਼ ਉਦੋਂ ਮਤਲਬ ਮੌਤ ਤੋਂ ਬਾਅਦ ਮਰਾਸਣਾ ਆ ਕੇ ਇਸ ਤਰੀਕੇ ਨਾਲ ਬੜਾ ਕਾਲੇ ਕਗਰੇ ਪਾ ਕੇ ਸਿਆਪਾ ਕਰਵਾਉਂਦੀਆਂ ਸੀ ਉਹ ਨੇ ਕਰਵਾਉਂਦੀਆਂ ਸੀ ਪਿੱਟਦੀਆਂ ਸੀ ਇਹ ਸਾਡੇ ਕਲਚਰ ਦਾ ਵੱਡਾ ਹਿੱਸਾ ਰਿਹਾ ਹੈ ਇਹ ਇਹ ਆਪਣੇ ਆਪ ਚ ਇੱਕ ਮੈਂ ਖੂਬਸੂਰਤ ਤਾਂ ਕਹਿੰਨੀ ਆ ਕਿ ਸਮਾਜ ਵਿੱਚ ਲੈ ਕੇ ਉਹ ਜੀ ਸੀ ਮਤਲਬ 40 ਦਿਨ ਦਾ ਅਫਸੋਸ ਅੱਜ ਦਾ 40 ਮਿੰਟ ਕਿਸੇ ਬੰਦੇ ਦਾ ਅਫਸੋਸ ਨਹੀਂ ਕੁੱਤੇ ਦਾ ਅਫਸੋਸ ਤੋਂ ਵੱਧ ਹੋ ਸਕਦਾ ਅਸੀਂ ਛੋਟੇ ਸੀ ਮੈਨੂੰ ਯਾਦ ਹੈ ਕੋਈ ਬਹੁਤ ਹੀ ਪੁਰਾਣੀ 90s ਦੇ ਦਹਾਕੇ ਦੀ ਮੈਂ ਗੱਲ ਕਰ ਰਿਹਾ ਮੇਰੇ ਯਾਦ ਹੈ ਸਾਡੇ ਪਰਿਵਾਰ ਚ 4-5 ਸਾਲ ਲਗਾਤਾਰ ਜਵਾਨ ਮੌਤਾ ਹੋਈਆਂ ਸੀ ਜੀ ਜੀ ਤੇ ਸਾਡੇ ਘਰੇ ਟੀਵੀ ਨਹੀਂ ਸੀ ਚੱਲਦਾ ਹੁਣ ਮਤਲਬ ਅਸੀਂ ਛੋਟੇ ਬੱਚੇ ਰੋਂਦੇ ਸੀ ਜਾਂ ਰੋਲਾ ਪਾਉਂਦੇ ਸੀ ਤਾਂ ਸਾਡੇ ਘਰੇ ਮੈਨੂੰ ਅੱਜ ਵੀ ਯਾਦ ਹੈ ਕਿ ਮੇਰੇ ਬਹੁਤ ਜਵਾਨ ਪੂ ਜੀ ਦੇ ਬੇਟੇ ਦੀ 19 ਸਾਲ ਦੇ ਦੀ ਮੌਤ ਹੋਈ ਸੀ ਤੇ ਏਟਲੀਸਟ ਡੇਢ ਦੋ ਮਹੀਨੇ ਸਾਡੇ ਘਰੇ ਟੀਵੀ ਨਹੀਂ ਦੇਖਿਆ ਗਿਆ ਸੀ ਔਰ ਉਹ ਇੱਕ ਮਾਹੌਲ ਹੀ ਉਸ ਤਰ੍ਹਾਂ ਦਾ ਕ੍ਰੀਏਟਰ ਹੈ ਪਰ ਅੱਜ ਤਾਂ ਸੰਸਕਾਰ ਤੋਂ ਆਉਂਦਿਆਂ ਹੀ ਫੋਨ ਵੀ ਸਾਡੇ ਹੱਥ ਹੈ ਸ਼ਾਮ ਨੂੰ ਪੈਗ ਵੀ ਲੱਗ ਰਹੇ ਹੁੰਦੇ ਆ ਸੰਸਕਾਰ ਦੀ ਰੀਲ ਬਣ ਜਾਂਦੀ ਹੈ ਜੀ ਪਿਓ ਨੂੰ ਅਰਥੀ ਨੂੰ ਮੋਢਾ ਦਿੰਦਾ ਪੁੱਤ ਮੈਂ ਤੇ ਰੀਲ ਦੇਖੀ ਮਾਲਕ ਕਿਰਪਾ ਕਰੇ ਬਸ ਮਤਲਬ ਕਿ ਦਾੜ ਨੂੰ ਤੜਕਾ ਨਹੀਂ ਸੀ ਲੱਗਦਾ ਹੁੰਦਾ ਔਰਤਾ ਰੰਗਦਾਰ ਕਪੜਾ ਨਹੀਂ ਸਿਪਾਉਂਦੀਆਂ ਹੁੰਦੀਆਂ ਮੇਰਾ ਜਵਾਨ ਮਾਮਾ 1 ਜਨਵਰੀ ਨੂੰ ਪੂਰਾ ਹੋ ਗਿਆ ਮੇਰੀ ਮਾਂ ਨੇ ਗੁੱਤ ਨਹੀਂ ਕੀਤੀ ਉਸ ਤੋਂ ਬਾਅਦ ਪਵਾਲਾਂ ਦੀ ਜੂੜੀ ਬਣਾ ਲਈ ਰੰਗਦਾਰ ਚੁੰਨੀ ਨਹੀਂ ਲਈ ਸੋ ਅਸੀਂ ਹਰ ਵਾਰ ਉਹਨਾਂ ਚੀਜ਼ਾਂ ਨੂੰ ਜਿਉਣਾ ਚਾਹੁੰਦੇ ਆ ਜਿਹੜੀਆਂ ਸਾਡੀ ਜ਼ਿੰਦਗੀ 'ਚ ਖੂਬਸੂਰਤ ਬਣ ਜਾਂਦੀਆਂ ਨੇ ਮਰਨਾ ਵੀ ਇੱਕ ਐਸੇ ਸੋਹਜ ਨਾਲ ਜਿਉਇਆ ਜਾਂਦਾ ਸੀ ਹੈਨਾ ਤੁਸੀਂ ਗੱਲ ਕਰ ਰਹੇ ਸੀ ਗੁੱਡੀ ਫੋਕਣ ਦੀ ਉੱਥੇ ਮੈਂ ਕਿਉਂ ਇਹ ਬੋਲਿਆ ਉਸ ਤੋਂ ਪਹਿਲਾਂ ਮੈਨੂੰ ਇਹ ਦੱਸੋ ਜਿਹੜਾ ਤੁਸੀਂ ਦੱਸ ਰਹੇ ਸੀਗੇ ਮਰਾਸਣਾਂ ਇਸ ਤਰ੍ਹਾਂ ਆਉਂਦੀਆਂ ਸੀ ਇਹ ਕਲਚਰ ਕਦੋਂ ਤੱਕ ਰਿਹਾ ਕਿਉਂਕਿ ਮੇਰੇ ਨਹੀਂ ਯਾਦ ਬਿਲਕੁਲ ਵੀ ਕਿ ਮੇਰੇ ਫਾਦਰ ਐਕਸਪਾਇਰ ਹੋਏ ਨੇ ਜੀ 6 ਅਪ੍ਰੈਲ 1980 ਨੂੰ ਤੇ ਮੇਰੀ ਪਿੰਡ ਦੀ ਮਰਾਸਣ ਸੀ ਸਾਡੀ ਕਰਮੀ ਦਾਦੀ ਹੈ ਨਾ ਉਹਨਾਂ ਦੇ ਹਸਬੰਦ ਦਾ ਨਾਮ ਸੀ ਗੁਲਾਮ ਰਸੂਲ ਸਰਦੀ ਬਿਲਕੁਲ ਕੰਦ ਨਾਲ ਕੰਦ ਸਾਂਝੀ ਸੀ ਮੇਰੀ ਪੁਰਾਣੀ ਘਰ ਦੀ ਜਿਹੜਾ ਮਤਲਬ ਕਿ ਕੱਚਾ ਕੋਠਾ ਸੀ ਸਾਡਾ ਉਸ ਤੋਂ ਬਾਅਦ ਬਾਹਰ ਆ ਕੇ ਖੇਤ ਦੇ ਵਿੱਚ ਪੱਕਾ ਘਰ ਬਣਾ ਲਿਆ ਤੇ ਦਾਦੀ ਤਾਂ ਹਾਲੇ 87 ਸਾਲੀ ਹੋਇਆ ਗਿਆ ਨੂੰ ਮਤਲਬ ਕਿ ਮੈਨੂੰ ਮੈਨੂੰ ਇਹ ਲੋਕੀ ਅਲੋਕਾਰ ਲੱਗਦੀ ਸੀ ਤਾਂ ਹੀ ਇੰਨਾ ਕਿ ਮੇਰੇ 'ਚ ਜਿਹੜੀ ਅਦਾਕਾਰਾਂ ਜਾਗੀ ਜੋ ਮੇਰੇ ਵਿੱਚ ਸੋਰ ਆਈ ਜਿੰਨੀ ਕੁ ਬਖਸ਼ੀ ਮਾਲਕ ਨੇ ਜੋ ਨਾਚ ਆਇਆ ਮਤਲਬ ਕਿ ਮੈਨੂੰ ਲੱਗਦਾ ਹੁੰਦਾ ਕਿ ਉਹ ਜੋ ਪੀਟੀ ਦਾਦੀ ਕਰਾਉਂਦੀ ਸੀ ਉਹ ਜਾ ਕੇ ਮੌਲਾਨਾ ਰੂਮੀ ਨਾਲ ਜੁੜਦੀ ਹੈ ਕਿਤੇ ਮੇਰੀ ਮੈਜੀਨੇਸ਼ਨ ਦੇ ਵਿੱਚ ਤੇ ਆਇਨਸਟਾਈਨ ਕਹਿੰਦਾ ਕਿ ਕਲਪਨਾ ਹੀ ਸੰਸਾਰ ਹੈ ਤੁਹਾਡਾ ਬਿਲਕੁਲ ਸੋ ਗੈਬੀ ਸ਼ਕਤੀਆਂ ਤੁਹਾਡੇ ਨਾਲ ਖੜਦੀਆਂ ਨੇ ਆ ਕੇ ਜੋ ਤੁਸੀਂ ਉਹਨਾਂ ਲੋਕਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹੋ ਮਤੇ ਮੈਨੂੰ ਲੱਗਦਾ ਕਿ ਮੇਰਾ ਆਸ ਤੁਸੀਂ ਮੰਨਦੇ ਹੋ ਮੈਂ ਮੰਨਦੀ ਆ ਕਿ ਪੂਰੀ ਤਰ੍ਹਾਂ ਤੁਸੀਂ ਕਿਤੇ ਜਦੋਂ ਅੰਦਰੋਂ ਜੁੜਦੇ ਹੋ ਨਾ ਆ ਬਾਹਰਲਾ ਸੰਸਾਰ ਖਤਮ ਹੁੰਦਾ ਤੁਹਾਡਾ ਤਾਂ ਅਸਲੀ ਦੁਨੀਆ ਤੁਹਾਡੇ ਅੰਦਰ ਵੱਸਦੀ ਹੈ ਨਾ ਅੰਦਰੂਨੀ ਮਿਹਰ ਕੰਮ ਕਰਦੀ ਆ ਅੱਜ ਤੁਹਾਡੀ ਮੇਰੀ ਗੱਲ ਵੀ ਕੋਈ ਆਪਾਂ ਨਹੀਂ ਕਰ ਰਹੇ ਇਹ ਸੰਸਾਰ ਦੀ ਆਤਮਾ ਦਾ ਤੈਅ ਹੋਇਆ ਸੀ ਕਿ ਤੁਹਾਡੇ ਸਾਹਮਣੇ ਬੈਠੂਗੀ ਮੈਂ ਅੱਜ ਆ ਕੇ ਤੁਸੀਂ ਮੈਨੂੰ ਇਹ ਸਵਾਲ ਪੁੱਛੋਗੇ ਇਹ ਸਵਾਲ ਚੋਂ ਤੁਰਗੀ ਗਰਮੀ ਦਾਦੀ ਦੀ ਵੀ ਗੱਲ ਹੋਊਗੀ ਮੇਰੇ ਪਿਤਾ ਦੀ ਵੀ ਗੱਲ ਹੋਊਗੀ ਤੇ ਬਸ ਜੋ ਜੋ ਕੁਝ ਵੀ ਹੋ ਰਿਹਾ ਇਹ ਸਭ ਉਹਦੇ ਹੁਕਮੇ ਗੁੱਡੀ ਫੁਕਣ ਦੀ ਗੱਲ ਆਪਾਂ ਕਰ ਰਹੇ ਹਾਂ ਹਾਂਜੀ ਗੁੱਡੀ ਫੁਕਣ ਦੀ ਗੱਲ ਮੈਂ ਕਰ ਰਹੀ ਸੀ ਕਿ ਉਹਨਾਂ ਬਾਲੜੀਆਂ ਨੂੰ ਨਾ ਫੇਰ ਕਿਉਂਕਿ ਉਹਨਾਂ ਨੇ ਕੋਈ ਸਕੂਲ ਤਾਂ ਜਾਣਾ ਨਹੀਂ ਸੀ ਹੁੰਦਾ ਕੋਈ ਕਾਲਜ ਨਹੀਂ ਸੀ ਜਾਣਾ ਹੁੰਦਾ ਉਹਨੂੰ ਬਚਪਨ ਤੋਂ ਜਿਵੇਂ ਗਿੱਲੀ ਮਿੱਟੀ ਨੂੰ ਗੁੰਨ ਗੁੰਨ ਕੇ ਇੱਕ ਪੁਤਲਾ ਜਿਹਾ ਬਣਾਉਂਦੇ ਹਨ ਨਾ ਉਹਦੀ ਪ੍ਰੋਗਰਾਮਿੰਗ ਹੁੰਦੀ ਸੀ ਸਰਟਨ ਔਰ ਤਾਨੂੰ ਇਹ ਪਤਾ ਹੁੰਦਾ ਸੀ ਕਿ ਇਹਨੇ ਅਗਲੇ ਘਰ ਜਦੋਂ ਜਾਣਾ ਤੇ ਉੱਥੇ ਉਹਨੂੰ ਬੜੀਆਂ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਣਾ ਜਿਹੜੀਆਂ ਮੁਸੀਬਤਾਂ ਅਸੀਂ ਚੱਲੀਆਂ ਜਿਹੜੀ ਆਪਾਂ ਗੱਲ ਕੀਤੀ ਸੀ ਜਟੀਆਂ ਦੇ ਤਾਜ ਜਿਹੜੀਆਂ ਅਸੀਂ ਚੱਲੀਆਂ ਨੇ ਨਾ ਉਹ ਅੱਗੇ ਜਾ ਕੇ ਇਹਨੇ ਲਾਣੇ ਵਾਲੇ ਘਰ ਦੇ ਵਿੱਚ ਜਾਣਾ ਉਹ ਲਾਣੇ ਵਾਲੇ ਘਰ ਦੇ ਵਿੱਚ ਜਾ ਕੇ ਇਹਨੂੰ ਜਿਹੜੀਆਂ ਮੁਸੀਬਤਾਂ ਆਉਣਗੀਆਂ ਉਹਦੇ ਲਈ ਇਹਨੂੰ ਸ਼ੁਰੂ ਤੋਂ ਟ੍ਰੇਨਡ ਕਰਦੀ ਹੈ ਜੋ ਮੈਨੂੰ ਲੱਗਦਾ ਕਿ ਉਸ ਸਮੇਂ ਦੀ ਜ਼ਰੂਰਤ ਸੀ ਇਹ ਕਿ ਉਹਨਾਂ ਨੇ ਮਰਦ ਨੂੰ ਨਹੀਂ ਗਿਆ ਵੀ ਮਰਦ ਦਾ ਪੁਤਲਾ ਸਾੜ ਦਿੰਨੇ ਆ ਗੁੱਡੀ ਬਣਾ ਲਓ ਗੁੱਡੀ ਬਣਾ ਲਓ ਮਤਲਬ ਕਿ ਫਿਰ ਆਪੇ ਹੀ ਗਾਈ ਜਾਊ ਕਿ ਤੂੰ ਪਰਦੇਸ ਗਿਆ ਮੈਂ ਪੁਤਲਾ ਬਣਾਉਣੀ ਆ ਹਨਾ ਉਤਲੇ ਤਾਂ ਅਸੀਂ ਆਪ ਬਣਾਏ ਔਰਤਾਂ ਨੇ ਅਸੀਂ ਮਰਦ ਨੂੰ ਥਾਂ ਦਿੱਤੀ ਜਦੋਂ ਜੰਗਲ ਦੇ ਵਿੱਚ ਮਰਦ ਔਰਤ ਦਾ ਜੋੜਾ ਕਿਤੇ ਪਹਿਲਾਂ ਇਹ ਪ੍ਰਕਿਰਤੀ ਨੇ ਜੋ ਵੀ ਆਪਾਂ ਸੋਚਦੇ ਆ ਡਾਰਵਿਨ ਦਾ ਸਿਧਾਂਤ ਹੈ ਚਾਹੇ ਕਿ ਦੁਨੀਆ ਡਿਵੈਲਪ ਕਿਵੇਂ ਹੋਈ ਜਦੋਂ ਪਹਿਲੀ ਕਲਕਾਰੀ ਗੂੰਜੀ ਹੋਏਗੀ ਕਿਸੇ ਬਾਲ ਦੀ ਉਹ ਮੇਲ ਸੀ ਕਿ ਫੀਮੇਲ ਸੀ ਉਦੋਂ ਤਾਂ ਨਹੀਂ ਹੁੰਦਾ ਹੋਣਾ ਇਹ ਫਰਕ ਪਰ ਮਿੱਟੀ ਦਾ 바ਵਾ ਵੀ ਬਣਾਇਆ ਪਰ ਉਹਦੇ ਤੇ ਤਾਂ ਖੇਸੀ ਵੀ ਪਾਈ ਖੇਸੀ ਵੀ ਪਾਈ ਹੈ ਨਾ 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 ਜੀ ਨਾ ਨਾ ਮਿੱਟੀ ਦੇ 바ਵੇ ਆ ਵੀ ਤੇਰਾ ਪਿਓ ਪਰਦੇਸੀ ਤੇ ਆਪਣੀ ਧੀ ਨੂੰ ਜਾਈ ਨਹੀਂ ਤੁਸੀਂ ਕਿਵੇਂ ਇਹ ਸੋਚ ਲਿਆ ਕਿ ਇਹਨੂੰ ਫੂਕਦੀ ਇਹਨੂੰ ਫੂਕਦੀਏ ਜੇ ਮੈਂ ਉਦੋਂ ਜਦੋਂ ਮੈਂ ਜਾ ਕੇ ਗੁੱਡੀ ਫੂਕਣ ਦੇ ਉੱਤੇ ਮਿੱਠੀ ਰੋਟੀ ਖਾਏ ਹੁੰਦੀ ਹੁੰਦੀ ਸੀ ਨਾ 8-10 ਸਾਲ ਦੀ ਹੋਣੀ ਮੈਂ ਸੱਚੀ ਆਪਣੀ ਮਾਂ ਨੂੰ ਘੂਰ ਕੇ ਵੰਗਾਰਦੀ ਵੀ ਤੂੰ ਗੁੱਡੀ ਕਿਉਂ ਫੂਕ ਰਹੀ ਆ ਤੂੰ ਗੁੱਡੀ ਨਾ ਫੂਕ ਜਦੋਂ ਮੈਨੂੰ ਇਹ ਸਮਝ ਆ ਗਈ ਮੈਂ ਕਿਤਾਬਾਂ ਔਰਤ ਦਾ ਸਰਨਾਮਾ ਲਿਖ ਲਈ ਔਰਤ ਦੀ ਗਾਥਾ ਲਿਖ ਲਈ ਸੈਮੀਨਾਰਸ ਦੇ ਵਿੱਚ ਲੈਕਚਰਸ ਕਰ ਲਈ ਮੇਰੇ ਨਾਲ ਮੇਲ ਲੈਕਚਰਸ ਵਾਲੇ ਆ ਕੇ ਬੈਠ ਗਏ ਉਹਨਾਂ ਨੇ ਇਹ ਗੱਲਾਂ ਕੀਤੀਆਂ ਆ ਕੇ ਮੈਂ ਇਹ ਗੱਲਾਂ ਕੀਤੀਆਂ ਕੁਝ ਕਹੀਏ ਕੁਝ ਸੁਣੀਏ ਦੇ ਵਿੱਚੋਂ ਇਹ ਗੱਲਾਂ ਉਪਜੀਆਂ ਵੀ ਔਰਤ ਨੂੰ ਤੁਸੀਂ ਐਦਾਂ ਦੀ ਪ੍ਰੋਗਰਾਮਿੰਗ ਕਰਤੀ ਉੱਥੇ ਉਹਨੂੰ ਸਿਖਾ ਦਿੰਦੇ ਵੀ ਸ਼ਿਕਾਰ ਐ ਕਰਨਾ ਜਾ ਉਹ ਆਪ ਸਿੱਖ ਲੈਂਦੀ ਉਹਨੂੰ ਤੁਸੀਂ ਕਿਉਂ ਚਾਰਦਵਾਰੀ ਚ ਬੰਦ ਕੀਤਾ ਕਿਉਂਕਿ ਤੁਹਾਨੂੰ ਸੋਹਣੀ ਲੱਗੀ ਉਹ ਉਹਦੀ ਆਕਰਸ਼ਨ ਨੇ ਉਹਦੀ ਖੂਬਸੂਰਤੀ ਨੇ ਉਹਨੂੰ ਪ੍ਰਾਪਰਟੀ ਬਣਾਉਣ ਲਈ ਤੁਹਾਨੂੰ ਮਜਬੂਰ ਕਰ ਦਿੱਤਾ ਕਹਿੰਦੇ ਆ ਨਾ ਜ਼ਰ ਜ਼ੋਰੂ ਜ਼ਮੀਨ ਇਹਦੇ ਲਈ ਲੜਾਈਆਂ ਹੁੰਦੀਆਂ ਜੀ ਹੁੰਦੀਆਂ ਰਹੀਆਂ ਨੇ ਕਿੰਨੇ ਹਮਲਾਵਾਰਾਂ ਨੂੰ ਅਸੀਂ ਮੋੜਿਆ ਕਿ ਧੀ ਦਾ ਡੋਲਾ ਵੀ ਲੈ ਜਾ ਪੈਸੇ ਵੀ ਲੈ ਜਾ ਪਰ ਲੜਾਈ ਬੰਦ ਕਰ ਦੇ ਹੈਨਾ ਕਿੰਨੇ ਸਰਦਾਰਾਂ ਨੇ ਜ਼ਮੀਨਾਂ ਲਈਆਂ ਕਿ ਉੱਤਕ ਘੋੜਾ ਕਮਾ ਲਓ ਜੀ ਜ਼ਮੀਨ ਤੁਹਾਡੀ ਹੋ ਜਾਊਗੀ ਤੇ ਧੀ ਵੇਚ ਦਿੱਤੀ ਹੂੰ ਹੈਨਾ ਤੇ ਹੁਣ ਜਦੋਂ ਅਸੀਂ ਔਰਤਾਂ ਸਮਝਦਾਰ ਹੋ ਗਈਆਂ ਕਿ ਸੁਨੀਤਾ ਵਿਲੀਅਮਸ ਸਪੇਸ ਵਿੱਚ ਬੈਠੀ ਦੁਨੀਆ ਲਈ ਉਹ ਕਰ ਰਹੀ ਹੈ ਸਾਰਾ ਕੁਝ ਅੱਜ ਦੇ ਜ਼ਮਾਨੇ 'ਚ ਅਸੀਂ ਫੇਰ ਗੁੱਡੀ ਫੂਕੀਏ ਤਾਂ ਅਸੀਂ ਫੇਰ ਉਸੇ ਮਰਦ ਦੇ ਅਨਸਾਰ ਚੱਲਾਂਗੇ ਇਹ ਗੱਲ ਨੂੰ ਅੱਜ ਦੀਆਂ ਉਹ ਬਾਲਣੀਆਂ ਨੇ ਨਹੀਂ ਸਮਝਣੀਆਂ ਜਿਹੜੀਆਂ ਉਹਿੱਦਾ ਨੱਚ ਕੇ ਆ ਗਈਆਂ ਉਹਨਾਂ ਦੀ ਉਮਰ ਜਿਹੜਾ ਮੈਂ ਬਾਦਲ ਕਾਲਜ 'ਚ ਲੈਕਚਰ ਦਿੱਤਾ ਸੀ ਨਾ ਉਹ ਤਾਂ ਬਾਲਣੀਆਂ ਨੇ ਉਹਨਾਂ ਨੂੰ ਢਾਲਣ ਵਾਲੇ ਜਿਹੜੇ ਕੋਚ ਆ ਰਹੇ ਨੇ ਉਹ ਮੇਲ ਹੈ ਕਿ ਫੀਮੇਲ ਹੈ ਜੀ ਫੀਮੇਲ ਆ ਤਾਂ ਉਹ ਭੈਣ ਨੂੰ ਪਤਾ ਹੋਣਾ ਚਾਹੀਦਾ ਕਿ ਪ੍ਰੂਨ ਹੱਤਿਆ ਲਈ ਤੁਸੀਂ ਇੰਨਾ ਬੋਲ ਰਹੇ ਹੋ ਇਹ ਉਦੋਂ ਦੀ ਪ੍ਰੂਨ ਹੱਤਿਆ ਦੀ ਤਿਆਰੀਓ ਚੱਲ ਰਹੀ ਸੀ ਪ੍ਰੈਕਟਿਸ ਹੈ ਉਹ ਪ੍ਰੈਕਟਿਸ ਹੀ ਇਹ ਹੈ ਹੁਣ ਐਡਾ ਇਥੇ ਬਣਾਇ ਇੱਕ ਵੀ ਇਸ ਤਰੀਕੇ ਨਾਲ ਫੁਕਿਆ ਜਾਣਾ ਤੁਸੀਂ ਕਹਿੰਦੇ ਆ ਕਿ ਤੀਜ ਪਰ ਮੇਰੇ ਨਾਲ ਮੈਂ ਇੱਕ ਪਰਿਵਾਰ ਨੂੰ ਜਾਣਦਾ ਆ ਆਊਟ ਆਫ ਨੋਵੇਅਰ ਮੇਰੇ ਜ਼ਹਿਨ ਚ ਆ ਗਈ ਏ ਗੱਲ ਜੀ ਸਾਡੇ ਬਹੁਤ ਕਲੋਜ਼ ਪਰਿਵਾਰ ਹੈ ਤੇ ਉਹਨਾਂ ਚ ਨਾ ਪਰਿਵਾਰ ਚ ਤਕਰੀਬਨ ਬੰਦੇ ਸੁਸਾਈਡ ਕਰਕੇ ਮਰਦੇ ਆ ਜੀ ਇਹ 트ੈਂਡ ਹੀ ਚੱਲਿਆ ਆ ਰਿਹਾ ਚਾਰ ਪੰਜ ਛੇ ਮੋਤਾਂ ਹੋ ਗਈਆਂ ਜੀ ਤੇ ਮੈਨੂੰ ਯਾਦ ਹੈ ਕਿ ਅਸੀਂ ਛੋਟੇ ਜੇ ਸੀ ਤਾਂ ਮੇਰੇ ਫਾਦਰ ਨੇ ਦੱਸਿਆ ਸਾਨੂੰ ਕਿ ਉਹਨਾਂ ਦੇ ਕੁੜੀ ਹੋਈ ਸੀ ਉਹਨਾਂ ਨੇ ਨਾ ਬੱਠਲ 'ਚ ਪਾਣੀ ਪਾ ਕੇ ਤੇ ਉੱਤੇ ਟਰੱਕਤੀ ਸੀ ਤੇ ਉਹ ਕੁੜੀ ਮਾਰਤੀ ਸੀ ਜੀ ਹੁਣ ਮੈਂ ਕਈ ਵਾਰੀ ਨਾ ਅਸੀਂ ਮੈਂ ਤੇ ਮੇਰੇ ਫਾਦਰ ਬੈਠੇ ਗੱਲਾਂ ਕਰਦੇ ਹੁੰਨੇ ਨੇ ਮੈਂ ਕਿਹਾ ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਹੜੇ ਜਾਂ ਤਾਂ ਗੋਲੀ ਮਾਰ ਲੈਂਦੇ ਐ ਜਾਂ ਨਹਿਰ 'ਚ ਛਾਲ ਮਾਰ ਜਾਂਦੇ ਐ ਵੀ ਉਹ ਕੁੜੀ ਇਹਨਾਂ ਦੇ ਘਰੇ ਤੁਰੇ ਫਿਰਦੀ ਹੈ ਕਿਤੇ ਮੈਂ ਤੁਹਾਨੂੰ ਇਹ ਇਹ ਸਜਾਈ થી ਮਿਲ ਰਹੀ ਹੈ ਉਹਨਾਂ ਨੂੰ 100% ਇਹ ਗੱਲ ਸੱਚ ਹੈ ਕਿ ਜੇ ਤੁਸੀਂ ਧੀਆ ਨੂੰ ਮਾਰ ਮੁਕਾਇਆ ਨਾ ਮੇਰੇ ਨੋਨ ਦੇ ਵਿੱਚ ਸੌਰੀ ਕਈ ਔਰਤਾਂ ਐ ਉਹ ਜਿਹਾਂ ਨੇ ਜਿਨ੍ਹਾਂ ਦੇ ਇੱਕ ਬੇਟੀ ਹੋਈ ਦੋ ਬੇਟੀ ਹੋਈ ਉਦੋਂ ਸਕੈਨ ਵਗੈਰਾ ਹੁੰਦੀ ਹੁੰਦੀ ਸੀ ਤੇ ਮਤਲਬ ਹਰ ਵਾਰ ਇਹ ਲੱਗਿਆ ਕਿ ਕੀ ਹੋ ਗਿਆ ਕੀ ਹੋ ਗਿਆ ਤਿੰਨ ਚਾਰ ਵਾਰ ਉਦੋਂ ਬਾਅਦ ਫਿਰ ਜੋੜੇ ਬੱਚੇ ਹੋਏ ਜੋੜੇ ਮੁੰਡੇ ਹੋਏ ਜੋੜੇ ਦੋਨੋਂ ਹੀ ਮੁੰਡੇ ਹਸਪੀਟਲ ਦੇ ਵਿੱਚ ਜਨਮ ਲੈ ਕੇ ਪੂਰੇ ਹੋ ਗਏ। ਓ ਗੋਡ ਹੈ ਨਾ ਫੇਰ ਫੇਰ ਉਸ ਤੋਂ ਬਾਅਦ ਇੱਕ ਬੇਟਾ ਹੋਇਆ। ਪਤਾ ਨਹੀਂ ਕਿੱਥੇ ਕਿੱਥੇ ਭੁੱਲਾਂ ਬਖਸ਼ਾਈਆਂ ਹੋਣਗੀਆਂ ਫੇਰ ਉਹ ਬੇਟਾ ਜਿੰਦਾ ਆਇਆ ਜ ਹੈ ਨਾ ਕਿੰਨੀਆ ਸਮਾਜ ਵਿੱਚ ਐਸੀਆਂ ਉਦਾਹਰਨਾਂ ਨੇ ਤੁਸੀਂ ਧੀ ਨੂੰ ਤਾਂ ਕਿੰਨੀ ਮਤਲਬ ਕਿ ਔਰਤਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੁਣ ਬਹੁਤ ਕੱਟ ਗਿਆ। ਹੁਣ ਤਾਂ ਬਹੁਤ ਕੱਟ ਗਿਆ ਮਤਲਬ ਕਿ ਹੁਣ ਬਹੁਤ ਨਾ ਦੇ ਇਹ ਆਪਾਂ ਗੁੱਡੀ ਫੂਕਣ ਦੀ ਗੱਲ ਕਰ ਰਹੇ ਹਾਂ ਕਿ ਉਹ ਸਮੇਂ ਦੇ ਨਾਲ ਹੁਣ ਘਟ ਗਿਆ ਨਾ ਘਟਿਆ ਤਾਂ ਜਿ ਦੋਹਾਈ ਪਾਈ। ਕਿੰਨੀਆਂ ਔਰਤਾਂ ਨੇ ਇਸ ਦੇ ਖਿਲਾਫ ਲਿਖਿਆ ਕਿੰਨੇ ਮਰਦਾਂ ਨੇ ਬੋਲਿਆ ਕਿ ਅਸੀਂ ਕੁੜੀ ਮਾਰਾਂ ਜੀ ਸਾਨੂੰ ਇਹ ਸਵੀਕਾਰ ਕਰਨਾ ਪਿਆ ਲੋਕਾਂ ਦੇ ਵਿੱਚ ਕਿ ਸਾਡੇ ਜੈਂਡਰ ਦੀ ਰੇਸ਼ਿਓ ਦਾ ਤਵਾਜਨ ਘਟ ਰਿਹਾ ਹੋ ਰਿਹਾ ਹੈ ਨਾ ਤਾਂ ਅਸੀਂ ਇੱਦ ਤੱਕ ਪਹੁੰਚੇ ਤੇ ਹੁਣ ਫੇਰ ਅਸੀਂ ਕਿਸੇ ਸਟੇਜ ਦੇ ਉੱਤੇ ਉਹ ਕੁੜੀਆਂ ਨੂੰ ਸਿਖਾ ਕੇ ਇਹਨੂੰ ਪ੍ਰोत्ਸਾਹਿਤ ਕਰਾਂਗੇ ਕਿ ਹਾਂ ਜੀ ਗੁੱਡੀ ਫੂਕੋ ਤੁਸੀਂ ਤਾਂ ਫੇਰ ਸਮਾਜ ਨੂੰ ਮੈਸੇਜ ਕੀ ਜਾਂਦਾ ਔਰ ਮੈਂ ਜਦੋਂ ਸ਼ੂਸ਼ਕ ਦੀ ਗੱਲ ਹੋਈ ਨਾ ਤਾਂ ਮੈਂ ਇਹ ਵੀ ਮਹਿਸੂਸ ਕਰ ਰਿਹਾ ਸੀ ਇਹ ਬੜੇ ਵਾਰੀ ਪਹਿਲਾਂ ਵੀ ਚਰਚਾ ਹੋਈ ਹੈ ਜੀ ਵੀ ਸਾਰਾ ਭਾਰ ਕੁੜੀ ਦੇ ਮਾਪਿਓ ਤੇ ਹੈ ਪਹਿਲੀ ਦੀਵਾਲੀ ਦਾ ਜੀ 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 ਬਿਲਕੁਲ ਸਹੀ ਬੱਚਾ ਹੋਇਆ ਤਾਂ ਵੀ ਤਾਂ ਵੀ ਇਹ ਵੀ ਟ੍ਰੈਂਡ ਬਦਲੇ ਔਰ ਇਹ ਨਹੀਂ ਬਦਲਿਆ ਇਹ ਵਧਿਆ ਹੀ ਹੈ ਉਹਦੇ ਅੱਗੇ ਨਾਲ ਜੀ ਜੀ ਮਤਲਬ ਕਿ ਮੈਂ ਇਹ ਕਹਨੀ ਆ ਉਦੋਂ ਲੋਕੀ ਫੇਰ ਸਿਆਣੇ ਸੀ ਉਹਨਾਂ ਨੇ ਇਨਸਟਾਲਮੈਂਟ ਕਰ ਲਈਆਂ ਵੀ ਪਹਿਲਾਂ ਤਾਂ ਕੁੜੀ ਨੂੰ 6 ਮਹੀਨੇ ਮਕਲਾਵਾ ਹੀ ਨਹੀਂ ਤੋਰਨਾ ਅਗਲੀ ਫਸਲ ਵਾੜੀ ਆਊਗੀ ਫੇਰ ਭੇਜਾਂਗੇ ਇਕਨੋਮਿਕਲ ਰੀਜ਼ਨ ਸੀ ਇਕਨੋਮਿਕਲ ਰੀਜ਼ਨਸ ਵੀ ਇਹਦੇ ਪਿੱਛੇ ਕੰਮ ਕਰਦੇ ਸੀ ਫਿਰ ਉਹ ਠੰਡਾ ਕਰਦੇ ਸੀ ਹਰ ਚੀਜ਼ ਨੂੰ ਕਿ ਧੀ ਵਿਆਹ ਤੀ ਇਨਾਂ ਦੀ ਨਿਰਖ ਪਰਖ ਕਰ ਲੋ ਹੋਰ ਤਰੀਕੇ ਦੇ ਨਾਲ ਤੇ ਤਦ ਤੱਕ ਕੁੜੀ ਨੂੰ ਸਮਝ ਆ ਜੂਗੀ ਇੱਕ ਫੇਰਾ ਪਾਇਆ ਹੀ ਜੀਆਂ ਨਾਲ ਇੱਕ ਵਾਰ ਰੂਬਰੂ ਹੋਇਆ ਹੀ ਉਸ ਤੋਂ ਬਾਅਦ ਹੁਣ ਇਹਨੂੰ ਰਜਿਸਟਰ ਕਰਨ ਤੋਂ ਸਾਰਾ ਕੁਝ ਕਿਨੂੰ ਸ਼ੌਕ ਨਾ ਲੱਗੇ ਵੀ ਜੋੜ ਵਿਆਹ ਬਹੁਤ ਸੀ ਮੇਰੀ ਇੱਕ ਭੂਆ ਵਿਆਹੀ ਗਈ ਤਾਂ ਕਹਿੰਦੇ ਜਦੋਂ ਉਹਦਾ ਡੋਲਾ ਤੁਰਿਆ ਟਾਂਗੇ 'ਚ ਗਈ ਉਹ ਤੇ ਅੱਗੇ ਜਾ ਕੇ ਕਿਤੇ ਚੱਲਾ ਜਾ ਆ ਗਿਆ ਪਾਣੀ ਦਾ ਟੋਬੜੀ ਜੀ ਆ ਗਈ ਤਾਂ ਉੱਥੇ ਜਾ ਕੇ ਫਟਾਫਟ ਕਹਿੰਦੇ ਵੀ ਉਤਰੋ ਟਾਂਗੇ ਤੋਂ गोदी चकली ने ने ओ नयनवी ਨਾਲ ਜਾਂਦੀ ਹੁੰਦੀ ਸੀ ਵੀ ਇਹ ਟੰਗ ਹੈ ਜਿਹੜਾ ਲਾਲੂ ਉਲਰ ਜਾਏਗਾ ਕਹਿੰਦੇ ਪਿੰਡਾਂ ਦੇ ਕਹਿੰਸੀ ਲਾਲੂ ਹੋ ਜਾਊਗਾ ਤੇ ਮੇਰੀ ਭੂਆ ਕਹਿੰਦੀ ਪਹਿਲਾਂ ਮੇਰੇ ਸੈਂਡਲ ਲਾ ਇਹ ਪੇ ਜਾਣਗੇ ਕਿਸੇ ਦਾ ਫਿਕਰ ਨਹੀਂ ਉਹਨੂੰ ਵੀ ਮੈਂ ਕਿੱਥੇ ਜਾ ਰਹੀ ਹਾਂ ਤੇ ਉਹ ਭੂਆ ਨੇ ਜਦੋਂ ਜਾ ਕੇ ਅੱਗੇ ਉਹ ਪਰਿਵਾਰ ਸਾਂਭਣਾ ਸੀ ਵਿਚਾਰੀ ਉਹਦਾ ਕੱਚੀ ਸੀ ਇਸ ਗੱਲ ਨੂੰ ਫਿਰ ਉਹ ਮੁਕਲਾਵਾ دیر ਨਾਲ ਤੋੜਦੇ ਸੀ ਵੀ ਇਹ ਹੁਣ ਦੇਖਿਆ ਹੀ ਹੁਣ ਇਹਨੂੰ ਹੌਲੀ ਹੌਲੀ ਮੈਂਟਲੀ ਪ੍ਰਿਪੇਅਰ ਕਰ ਦੋ ਤਾਂ ਫਿਰ ਉਹ ਮੁਕਲਾਵੇ ਦੇ ਨਾਲ ਉਹਦਾ ਦਰਵਾਜ਼ਾ ਚੱਲਿਆ ਜਾਂਦਾ ਹੁੰਦਾ ਸੀ ਦਾਜ ਦੀ ਸੈਕਿੰਡ ਇਨਸਟਾਲਮੈਂਟ ਇੱਕ ਤਾਂ ਮੰਨ ਮਨੋ ਤੀ ਉਦਣ ਕਰਤੀ ਨਾ ਫਿਰ ਸੈਕਿੰਡ ਇਨਸਟਾਲਮੈਂਟ ਫਿਰ ਬੱਚਾ ਹੋਊਗਾ ਤਾਂ ਸ਼ੂਸ਼ਕ ਦੇ ਦਿਓ ਫਿਰ ਥੋੜਾ ਜਿਹਾ ਸੁਧਾਰੇ ਤੇ ਡੰਡੀਆਂ ਪਾ ਦਿਓ ਹੈਨਾ ਮਤਲਬ ਕਿ ਉਹ ਆਪਣੇ ਇਕਨੋਮਿਕ ਰੀਜਨਸ ਨੂੰ ਵੀ ਧਿਆਨ ਚ ਰੱਖਦੇ ਸੀ ਤੇ ਰਿਸ਼ਤਿਆਂ ਦੇ ਵਰਤ ਵਰਤਾਵੇ ਦੇ ਵਿੱਚ ਵੀ ਸਮਾ ਲੈਂਦੇ ਸੀ ਫਿਰ ਜਦੋਂ ਇੱਕ ਦੂਜੇ ਤੇ ਗੱਲ ਲੱਗ ਜਾਂਦੇ ਸੀ ਨਾ ਪੈਰੀਂ ਪੈ ਜਾਂਦੇ ਸੀ ਫਿਰ ਬਦਲਦੇ ਨਹੀਂ ਸੀ ਹੁੰਦੇ ਉਹ ਫਿਰ ਉਹ ਜ਼ੁਬਾਨ ਦੇ ਪੱਕੇ ਸੀ ਸੋ ਦਾਜ ਵੀ ਇੱਥੋਂ ਪੈਦਾ ਹੋਇਆ ਪਰ ਉਹ ਦਾਜ ਤੇ ਆ ਦਾਜ ਚ ਬਹੁਤ ਫਰਕ ਆ ਵੀ ਹੁਣ ਸਿੱਧੀ ਤੁਸੀਂ ਔਡੀ ਕਢਾ ਦਿਓ ਜੀ ਹਾਂ ਫਲੈਟ ਲੈ ਜੀ ਅੱਜ ਕੱਲ ਫਲੈਟ ਲੈ ਦੋ ਜੀ ਤੁਸੀਂ ਤੇ ਧੀ ਨੂੰ ਇੰਨਾ ਪੜਾ ਲਖਾ ਵੀ ਦੇ ਉੱਤੇ ਦਾਜ ਲੈ ਦੋ ਪਰ ਮੈਂ ਜਾਤੀ ਤੌਰ ਤੇ ਕਹਿ ਸਕਦੀ ਆ ਕਿ ਮੇਰੇ ਸਹੁਰਾ ਸਾਹਿਬ ਨੇ ਨਾ ਮੇਰੇ ਵਿਆਹ ਵੇਲੇ ਦਾਜ ਲਿਆ ਨਾ ਮੇਰੀਆਂ ਨਾਨਾ ਨੂੰ ਅਸੀਂ ਦਾਜ ਦਿੱਤੇ ਆ ਅੱਗੇ ਪੁੱਤ ਵੇ ਆ ਅਸੀਂ ਵੀ ਦਾਜ ਨਹੀਂ ਲਿਆ ਹੈਗਾ ਬਿਲਕੁਲ ਵੀ ਬਸ ਇਸ ਰੀਤ ਤੇ ਸਾਡਾ ਪਰਿਵਾਰ ਕਾਇਮ ਰਿਹਾ ਪਰ ਇਹਦੇ ਬਾਰੇ ਕਨਫਲਿਕਟ ਹੈ ਸੋਸਾਇਟੀ ਚ ਕਿ ਜਿਵੇਂ ਨਾ ਵਿਆਹਾਂ ਤੇ ਭੋਗਾਂ ਬਾਰੇ ਅਕਸਰ ਹੀ ਇੱਕ ਮੂਹਮ ਚੱਲੀ ਕੇ ਸਾਦੇ ਵਿਆਹ ਤੇ ਸਾਦੇ ਭੋਗ ਨਾ ਚਿੰਤਾ ਨਾ ਰੋਗ ਇਹ ਬਹੁਤ ਮੂਹਮ ਚੱਲੀ ਜੀ ਬੜੇ ਸਾਰੇ ਲੋਕ ਮੈਂ ਜਦੋਂ ਡਿਸਕਸ ਕਰਦਾ ਹਾਂ ਉਹ ਕਹਿੰਦੇ ਕਿ ਜਦੋਂ ਅਸੀਂ ਸਮਰਥਾਂ ਤੇ ਕਿਸੇ ਨੂੰ ਕੀ ਪ੍ਰੋਬਲਮ ਹੈ ਜੀ ਤੇ ਮੇਰਾ ਇਹ ਅਕਸਰ ਮੈਂ ਇਹ ਕਹਿੰਨਾ ਕਿ ਤੁਸੀਂ ਐਗਜ਼ਾਮਪਲ ਸੈੱਟ ਕਰਕੇ ਸੋਸਾਇਟੀ ਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਮੈਨੂੰ ਇਹ ਲੱਗਦਾ ਜੀ 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 ਕਿ ਜੇ ਤੁਸੀਂ ਵੱਡਾ ਕੀਤਾ ਤੇ ਤੁਹਾਡਾ ਅੰਡਗੁਆੰਡ ਵੀ ਕਹਿੰਦਾ ਉਹੋ ਜਿਹਾ ਹੀ ਕਰ ਲਈਏ ਉਸ ਪ੍ਰੈਸ਼ਰ ਚ ਲੋਕ ਕਰ ਰਹੇ ਹੈ ਮਰਗ ਤੇ ਵੀ ਤੁਸੀਂ ਦੇਖੋ ਨਾ ਹੁਣ ਪੰਜ ਪੰਜ ਮਠਿਆਈਆਂ ਬਣਨ ਲੱਗੀਆਂ ਮਰਗ ਤੇ ਉੱਤੇ ਉਹ ਦੂਜੇ ਨੂੰ ਤਾਂ ਤੁਸੀਂ ਇੱਕ ਚਿੰਤਾ ਲਾ ਦਿੱਤੀ ਨਾ ਕਿ ਸਾਡੀ ਬੁੜੀ ਮਰਨ ਵਾਲੀ ਆ ਅਸੀਂ ਹੁਣ ਕੀ ਕਰਨਾ ਤੁਹਾਡਾ ਬਿਲਕੁਲ ਵਾਜਬ ਸਵਾਲ ਆ ਇਹ ਉਹ ਮੁਹਿੰਮ ਜਦੋਂ ਚਲਾਈ ਉਹਦੇ ਵਿੱਚ ਜੇ ਤੁਸੀਂ ਸਾਡੀ ਪ੍ਰਾਤਨ ਜਿੱਦਾਂ ਮਾਤਾ ਖੀਵੀ ਕੀ ਖੀਰ ਅਮਿਓ ਹਨਾ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਤਾ ਖੀਵੀ ਦਾ ਜ਼ਿਕਰ ਇਸ ਕਰਕੇ ਆ ਕਿ ਲੰਗਰ ਦੀ ਪ੍ਰਥਾ ਲਈ ਸਾਡੀ ਬੀਬੀ ਨੇ ਕਿ ਲੀਕਾ ਲੈਣਾ ਘਾਲੀ ਤੇ ਜੇ ਉਹਦੀ ਅੰਮ੍ਰਿਤ ਵਰਗੀ ਖੀਰ ਅਸੀਂ ਅੱਜ ਬਣਾ ਲਈਏ ਭੋਗ ਵੇਲੇ ਉਹ ਹੀ ਮਾਂਹ ਛੋਲੇ ਦੀ ਦਾਲ ਹੋਵੇ ਤੁਹਾਡੇ ਬਜਟ ਵਿੱਚ ਵੀ ਰਹਿ ਜਾਊਗੀ ਅਸੀਂ ਇਹ ਵੀ ਕੀਤਾ ਮੇਰੀ ਦਾਦੀ ਸੱਸ ਪੂਰੇ ਹੋਏ ਕੈਨੇਡਾ ਦੇ ਵਿੱਚ ਸਾਰਾ ਪਰਿਵਾਰ ਕੈਨੇਡਾ ਅਸੀਂ ਦੋਨਾਂ ਮੀਆਂ ਬੀਵੀ ਨੇ ਇੱਥੇ ਭੋਗ ਪਾਇਆ ਮੈਂ ਤੇ ਮੇਰੇ ਸਾਥੀ ਪਰਮਜੀਤ ਸਿੰਘ ਮੰਗਟ ਨੇ ਅਸੀਂ ਖੀਰ ਹੀ ਬਣਾਈ ਸਬਜ਼ੀ ਬਣਾਈ ਰਾਇਤਾ ਬਣਾਇਆ ਤੇ ਉਹੀ ਲੰਗਰ ਪ੍ਰਥਾ ਅਨੁਸਾਰ ਹੀ ਅਸੀਂ ਰੋਟੀ ਖਵਾਈ ਆਪਾਂ ਕੋਸ਼ਿਸ਼ ਹੀ ਕਰ ਸਕਦੇ ਹਾਂ ਜਿਹੜੇ ਹੁਣ ਅਮੀਰ ਪੰਜ ਮਠਿਆਈਆਂ ਪਾ ਕੇ ਉਹ ਵੀ ਇੱਕ ਕੋਸ਼ਿਸ਼ ਕਰ ਰਹੇ ਆ ਜੇ ਅਸੀਂ ਸਾਡੇ ਵਾਲੀ ਕੋਸ਼ਿਸ਼ ਵੱਡੀ ਕਰ ਲਈਏ ਸੌਖੇ ਬਹੁਤ ਰਵਾਂਗੇ ਆਸਟ੍ਰੇਲੀਆ ਦੇ ਵਿੱਚ ਇੱਕ ਔਰਤ ਨੇ ਨਾ ਇੱਕ ਸਟੇਜ ਤੋਂ ਮੈਸੇਜ ਦਿੱਤਾ ਕਿ ਇਹ ਉਹ ਬੀਬੀ ਜਿਹਨੇ ਜਿਹੜੇ ਸੂਟ ਰਿਪੀਟ ਨਹੀਂ ਕਰਦੇ ਤੁਹਾਡੇ ਬਾਰੇ ਕੀ ਨਹੀਂ ਨਹੀਂ ਮੇਰੇ ਬਾਰੇ ਨਹੀਂ ਮੈਂ ਤਾਂ ਬਹੁਤ ਰਿਪੀਟ ਕਰਦੀ ਹਾਂ ਮੈਂ ਤਾਂ ਕਹਿੰਦੀ ਹਾਂ ਫੇਵਰਟ ਦਾ ਮਤਲਬ ਹੈ ਰਿਪੀਟ ਕਰੋ ਵਾਰ-ਵਾਰ ਹਾਂ ਇਹ ਵੀ ਮੈਸੇਜ ਅਸੀਂ ਕਲਾਕਾਰਾਂ ਨੇ ਹੀ ਦੇਣਾ ਨਾ ਤੇ ਮੈਂ ਕਈਆਂ ਥਾਵਾਂ ਤੇ ਆਫ ਰਿਕਾਰਡ ਆਫੇਅਰ ਹੀ ਗੱਲ ਕੀਤੀ ਔਰਤਾਂ ਨਾਲ ਵੀ ਤੁਸੀਂ ਇਹ ਮੈਸੇਜ ਗਲਤ ਦੇ ਰਹੇ ਹੋ ਸਟੇਜ ਤੋਂ ਤੁਸੀਂ ਹੁਣ 28000 ਦਾ 78000 ਦਾ ਸੂਟ ਇੱਕ ਵਾਰ ਬਣਾ ਕੇ ਕਹਿੰਨੀ ਉਹ ਰਿਪੀਟ ਨਹੀਂ ਕਰਦੇ ਤਾਂ ਜਿਹੜੀ 300 400 ਵਾਲਾ ਪਾਊਗੀ ਪਹਿਲਾਂ ਤਾਂ 3 400 ਵਾਲਾ ਪਾਦ ਆ ਰਹੀ ਹੈ ਕਿ ਉਹਦੀ ਜੇਬ ਇੰਨੀ ਕਾ ਹੁਣ ਉਹ 3 400 ਵਾਲੇ ਨੂੰ ਰਿਪੀਟ ਕਰੂਗੀ ਉਹ ਵੀ ਓਵਰ ਬਜਟ ਹੋ ਕੇ ਮਾਰੀ ਜਾਊਗੀ ਜੇ ਅਸੀਂ ਇਹ ਥਾਂ ਤੇ ਇਹ ਸੁਨੇਹਾ ਦਈਏ ਵੀ ਸੋਣਾ ਉਹ ਆ ਜਿਹਨੂੰ ਵਾਰ-ਵਾਰ ਹੰਡਾਓ ਬਿਲਕੁਲ ਰਿਸ਼ਤੇ ਵੀ ਉਹ ਸੋਹਣੇ ਨੇ ਜਿਹੜੇ ਔਦ ਹੰਡਾਉਣੀ ਜਾਣਦੇ ਨੇ ਬਿਲਕੁਲ ਜ਼ਿੰਦਗੀ ਨੂੰ ਤੱਕਣਾ ਨਹੀਂ ਜਾਣਦੇ ਅੱਖਾਂ ਵਿੱਚ ਕੇ ਨਹੀਂ ਕੱਢ ਦਿੰਦੇ ਅੱਖਾਂ ਨਾਲ ਦੇਖਦੇ ਨੇ ਜਿਉਂਦੇ ਨੇ لیاقت ਨਾਲ ਜ਼ਿੰਦਗੀ ਦੀ ਹੈ ਤੋ ਜੀਣੇ ਦਾ ਹੁਨਰ ਵੀ ਦੇਣਾ ਹਣ ਜਿਉਣ ਦਾ ਹੁਨਰ ਹੈ ਜ਼ਿੰਦਗੀ ਸੋ ਇਹ ਉਹ ਜਿਹੇ ਮੈਸੇਜ ਜਿਹੜੇ ਭੋਗ ਲਈ ਦਿੰਦੇ ਨੇ ਸੂਟ ਲਈ ਦਿੰਦੇ ਆ ਅੱਜ ਕੱਲ੍ਹ ਆ ਬ੍ਰਾਂਡ ਦੀ ਘੜੀ ਪਾ ਕੇ ਚਲੋ ਪਾ ਲੋ ਤੁਹਾਡੀ ਸੋਹਣੀ ਜੇ ਉਹ ਤੁਹਾਨੂੰ ਮੰਜ਼ਲਾ ਤੇ ਪਹਚਾ ਰਹੀ ਹੈ ਚੀਜ਼ ਹਮ ਮੰਜ਼ਲ ਅੰਦਰੋਂ ਵੀ ਤਿਆਰ ਹੁੰਦੀ ਹੈ ਨਾ ਮੈਨੂੰ ਲੱਗਦਾ ਤੁਹਾਡਾ ਕੌਨਫੀਡੈਂਸ ਲੋ ਹੈ ਤੋ ਤੁਹਾਨੂੰ ਘੜੀ ਵੀ ਰੋਲੈਕਸ ਦੀ ਬੰਨਣ ਦੀ ਲੋੜ ਪਊਗੀ ਜਦੋਂ ਟੋਟੇ ਕਿ ਬਹੁਤ ਪੈਸਾ ਆ ਗਿਆ ਹੁਣ ਕਿੱਥੇ ਖਰਚਣਾ ਹੈ ਘਰ ਵੀ ਵਧੀਆ ਲੈ ਲਓ ਰੋਲੇਕਸ ਵੀ ਪਾ ਲਓ ਪਰ ਜਦੋਂ ਸਮਾਜ ਨੂੰ ਸੁਨੇਹਾ ਦੇਣਾ ਨਾ ਉਹ ਸੁਨੇਹਾ ਹਾਰੇ ਕੀ ਦੇ ਰਿਹਾ ਕਿਉਂਕਿ ਛੋਟਾ ਜਿਹਾ ਪਰਿਵਾਰ ਹੀ ਸਮਾਜ ਦੀ ਇਕਾਈ ਹੈ ਇੱਕ ਬੰਦਾ ਇੱਕ ਪਰਿਵਾਰ ਦੀ ਇਕਾਈ ਹੈ ਬੰਦੇ ਤੋਂ ਹੀ ਸਮਾਜ ਬਣਦਾ ਨਾ ਔਰ ਰਤਨ ਟਾਟਾ ਹੁਣ ਪੂਰੇ ਹੋਏ ਤੁਸੀਂ ਦੇਖੋ ਕਿੰਨਾ ਸਿੰਪਲ ਬੰਦਾ ਸੀ ਜੀ 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 ਸੋਚ ਕਿ ਵੱਡੀ ਸੀ ਮੈਂ ਸੁਣ ਰਿਹਾ ਸੀ ਉਹਨਾਂ ਨੇ ਕਿਹਾ ਕਿ ਇੱਕ ਪਰਿਵਾਰ ਪੂਰਾ ਮੋਟਰਸਾਈਕਲ ਤੇ ਮੀਨ ਇਹ ਰੀਚ ਜਾਂਦਾ ਹੈ ਤੇ ਉਸ ਕਰਕੇ ਮੈਂ ਸੋਚਿਆ ਸੀਗਾ ਕਿ ਇਹਨਾਂ ਨੂੰ ਕਾਰ ਵਰਗੀ ਬਣਾਈ ਤਾਂ ਨੈਨੋ ਦਾ ਖਿਆਲ ਆਇਆ ਸੀ ਮੇਰੇ ਜ਼ਿਹਨ 'ਚ ਕਿ ਸਸਤੀ ਕਾਰ ਦੇ ਦਿਆਂ ਤਾਂ ਥਾਟਸ ਕਿੱਡੇ ਵੱਡੇ ਐ ਮੈਂ ਆਖਰੀ ਸੈਗਮੈਂਟ ਦੇ ਵਿੱਚ ਜਿਸ ਕਰਕੇ ਪੂਰੀ ਦੁਨੀਆ 'ਚ ਤੁਹਾਡਾ ਨਾਮ ਹੋਇਆ ਤੁਹਾਨੂੰ ਗਿੱਡਿਆਂ ਦੀ ਕੁਈਨ ਕਿਹਾ ਜਾਂਦਾ ਜੀ ਜੀ ਇਹਦੀ ਗਿੱੱਦੇ ਦੀ ਵੀ ਪ੍ਰਕਾਰ ਹੁੰਦੇ ਕਿੰਨੇ ਤਰ੍ਹਾਂ ਦਾ ਗਿੱੱਦਾ ਹੈ ਕੋਈ ਫਿਕਸਡ ਹੁੰਦਾ ਜਾਂ ਗਿੱੱਦਾ ਗਿੱੱਦਾ ਹੀ ਹੁੰਦਾ ਜਿਵੇਂ ਭੰਗੜਾ ਬਹੁਤ ਤਰ੍ਹਾਂ ਦਾ ਹੈ ਤੁਹਾਡਾ ਸਵਾਲ ਮੇਰੀ ਸਿਨਫ ਨਾਲ ਬਵਸਤਗੀ ਰੱਖਦਾ ਅਸਲ ਵਿੱਚ ਲੋਕ ਨਾਚਾਂ ਦੇ ਵਿੱਚ ਗਿੱੱਦਾ ਔਰਤਾਂ ਦਾ ਇੱਕ ਉਹ ਨਾਚ ਹੈ ਜਿਹੜਾ ਸੁੱਤੇ ਸਿੱਧੇ ਨੱਚਿਆ ਜਾਵੇ ਜਦੋਂ ਔਰਤ ਬਜਟ ਦੇ ਵਿੱਚ ਆਈ ਔਰਤ ਨੂੰ ਜਦੋਂ ਬਗਲ ਕੀਤੀ ਆ ਸਮਾਜ ਦੀਆਂ ਪਰ ਡਿਸਕਸ਼ਨ ਕੀਤੀ ਹੈ ਉਹਦੀਆਂ ਖੂਬਸੂਰਤ ਗੱਲਾਂ ਜਦੋਂ ਔਰਤ ਨੇ ਤੇ ਮਾੜੇ ਪੱਖ ਜਦੋਂ ਗਿੱੱਦੇ ਦੇ ਵਿੱਚ ਗਾਏ ਬੋਲੇ ਹੈ ਨਾ ਉਹਨਾਂ ਨੂੰ ਬੋਲਣ ਵੇਲੇ ਜਿੰਨਾ ਕੋ ਸਹਿਜ ਮਹਿਸੂਸ ਕਰਦੀ ਹੈ ਜਿੰਨਾ ਦੇਖਣ ਵਾਲਾ ਮਨੋਰੰਜਨ ਵਿੱਚ ਸਹਿਜ ਮਹਿਸੂਸ ਕਰਦਾ ਉਹ ਗਿੱਦੜਾ ਤਾੜੀ ਵੱਜੇ ਕਿਸੇ ਢੋਲਕ ਦੀ ਵੀ ਲੋੜ ਨਹੀਂ ਤਾੜੀ ਉਹਦੀ ਆਪਣੀ ਬੋਲੀ ਦੇ ਅਨਸਾਰ ਲੈ ਦੇ ਰਹੀ ਹੈ ਹਨਾ ਗਿੱਦੜਾ ਉਹ ਹੈ ਜਿਹੜਾ ਅੱਜ ਕਿਦਾਂ ਹੁਣ ਬਣ ਗਿਆ ਉਹ ਗਿੱਦੜਾ ਉਹ ਗਿੱਦੜਾ ਹਰ ਤਾਰਾਣਾ ਵੀ ਨਹੀਂ ਪ੍ਰਕਿਰਤਿਕ ਸੁਭਾਅ ਇਹਨੇ ਬਦਲਣਾ ਤਾਂ ਹੈ ਹੀ ਕਿਉਂਕਿ ਅਸੀਂ ਨੂੰ ਸਟੇਜ ਤੇ ਵੀ ਲੈ ਆਏ ਹੁਣ ਉਹ ਗੋਲ ਧਾਰਿਚ ਤ ਪਾਏਗਾ ਨਹੀਂ ਸੈਮੀ ਸਰਕਲ ਚ ਪਾਏਗਾ ਥੋੜਾ ਜਿਹਾ ਜੀ ਕੋਰੀਓਗ੍ਰਾਫ ਵੀ ਕਰਾਂਗੇ ਡ्रेसेस ਵੀ ਉਹਦੇ ਨਾਲੋਂ ਅੱਜ ਦਾ ਕੱਪੜਾ ਫਰਕ ਹੈ ਅੱਜ ਦੀਆਂ ਕੁੜੀਆਂ ਦੀ ਬਣਤਰ ਫਰਕ ਹੈ ਹੈਨਾ ਤਾਂ ਉਹ ਤਾਂ ਫਰਕ ਇਹਦੇ ਵਿੱਚ ਆਉਣਾ ਹੀ ਆ ਸਹਿਜ ਸੁਭਾਈ ਆ ਪਰ ਗਿੱਦਾ ਇੱਕ ਉਹ ਨਾਚ ਆ ਜਿਹੜਾ ਖੁੱਲਾ ਡੁੱਲਾ ਪੰਜਾਬਣਾਂ ਦੇ ਸੁਭਾਅ ਵਰਗਾ ਪੰਜਾਬੀਆਂ ਦੇ ਖਾਣੇ ਪੀਣੇ ਵਰਗਾ ਜਿਨੂੰ ਤਾੜੀ ਮਾਰ ਕੇ ਨੱਚਿਆ ਜਾ ਸਕੇ ਤੇ ਦੇਖਣ ਵਾਲੇ ਨੂੰ ਵੀ ਆਨੰਦ ਆਵੇ ਤੇ ਪਾਉਣ ਵਾਲੀ ਵੀ ਲੱਗੇ ਕਿ ਕੋਈ ਨੱਚਦੀ ਆ ਔਰਤਾਂ ਦੀ ਖੂਬਸੂਰਤੀ ਨੂੰ ਜਿਸ ਤਰੀਕੇ ਨਾਲ ਸਾਡੀਆਂ ਬੋਲੀਆਂ ਚ ਜ਼ਿਕਰ ਕੀਤਾ ਗਿਆ ਇਹ ਇਹ ਠੀਕ ਰਿਹਾ ਜੇ ਧੌਨ ਸਰਾਹੀ ਵਰਗੀ ਹੈ ਜੀ ਜੀ ਜਾਂ ਮਤਲਬ ਕਦਸਰੂ ਮਰਦਾਂ ਦਾ ਜਿਵੇਂ ਕਿਹਾ ਗਿਆ ਵੀ ਉਹਦੇ ਵਰਗਾ ਤਾਂ ਇਹ ਕੰਪੈਰੀਸਨਸ ਤੁਹਾਨੂੰ ਲੱਗਦਾ ਕਿ ਠੀਕ ਰਹੇ ਜਾਂ ਲਿਖਣ ਵਾਲੇ ਨੇ ਆਪਦੇ ਹਿਸਾਬ ਤੇ ਇਹਨੂੰ ਸਮੇਂ-ਸਮੇਂ ਦੇ ਨਾਲ ਦੇਖੋ ਸਮਾਜ ਦੇ ਵਿੱਚ ਸ਼ਿੰਗਾਰ ਰਸ ਬਣੇ ਹੀ ਰਹਿਣਾ ਚਾਹੀਦਾ ਚਿੰਗਾਰ ਰਸ ਨਾਲ ਸਮਾਜ ਖੂਬਸੂਰਤ ਹੈ ਤੇ ਇਹਦਾ ਮਤਲਬ ਇਹ ਨਹੀਂ ਪਰ ਉਹ ਉਹ ਵੀ ਕਹਿੰਦੇ ਆ ਨੈਣ ਮੋਲੇ ਵਰਗੇ ਸਾंवਲੀ ਜੱਟੀ ਦੇ ਹਨਾ ਸਾंवਲੀ ਨੂੰ ਵੀ ਸਿਫਤ ਕਰਦੇ ਆ ਗੋਰੀ ਨੂੰ ਵੀ ਸਿਫਤ ਕਰਦੇ ਆ ਤੇ ਨਾਲ ਇਹ ਵੀ ਕਹਿੰਦੇ ਆ ਅੰਬ ਕੋਲੇ ਇਮਲੀ ਕਾਸ਼ ਕੋਲੇ ਤਾਰਾ ਅਕਲ ਹੋਵੇ ਨਿਭਾਵੇਂ ਰੰਗ ਹੋਵੇ ਕਾਲਾ ਹੂੰ ਗੁਰੂ ਗ੍ਰੰਥ ਸਾਹਿਬ ਨੂੰ ਪੜੋ ਨਾ ਤੁਸੀਂ ਤੁਹਾਡੇ ਹਰ ਕੁਐਸਚਨ ਦਾ ਆਨਸਰ ਆਉ ਦੇ ਵਿੱਚ ਬੋਲੀਆਂ ਪਾਓ ਤੁਹਾਡੇ ਸਮਾਜ ਦੀ ਹਰ ਵਿਦਾ ਦਾ ਆਨਸਰ ਹੈ ਹਰ ਵਿਦਾ ਦਾ ਕੁਐਸਚਨ ਆਪਣੇ ਆਪ ਦੇ ਵਿੱਚ ਇੱਕ ਬੋਲੀ ਮੁਕੰਮਲ ਹੈ ਜਿਹੜੀ ਪੁਰਾਣੇ ਸਮਾਜ ਦੇ ਵਿੱਚ ਪਾਈ ਗਈ ਆ ਮਤਲਬ ਕਿ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਸੀ ਹੈਨਾ ਲੋਕੀ ਜੁੜੇ ਹੋਏ ਸੀ ਆਪਣੇ ਆਪ ਨਾਲ ਕਨੈਕਟ ਸੀ ਸਵੇਰੇ ਉੱਠ ਕੇ ਕਹਿੰਦੇ ਸੀ ਏ ਵਾਹਿਗੁਰੂ ਸਰਬਤ ਦਾ ਭਲਾ ਕਰੀ ਜਾਂ ਮੋਲਾ ਖੈਰ ਕਰੀ ਹੈਨਾ ਇੱਕ ਕੋਈ ਕਰਨ ਦੀ ਲੋੜ ਸੀ ਉਹਨਾਂ ਨੂੰ ਬਾਹਲੀ ਦੇਣ ਦੀ ਸੀ ਬੈਠਣ ਦੀ ਲੋੜ ਕਿਉਂਕਿ ਸਮਾਜ ਵਿੱਚ ਉਦੋਂ ਆ ਪੋਲਿਊਸ਼ਨ ਨਹੀਂ ਸੀ ਅੱਜ ਵਾਲੀ ਨਾ ਤਾਂ ਵਾਤਾਵਰਨ ਦੀ ਨਾ ਮਨ ਦੀ ਤੇ ਉਹ ਗੁਰੂ ਦਾ ਨੌਲ ਹੈ ਕਿ ਕਿੱਦੇ ਚ ਵੜਦੇ ਸੀ ਕਿ ਪਾਤ ਪਾਣ ਦੇ ਫੁੱਲ ਬਣਾ ਕੇ ਕੈਸਾ ਬਾਗ ਲਗਾਇਆ ਹੈ ਨਾ ਜਹ ਹਲਦੀ 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 ਨਾਮ ਪਰਮੇਸ਼ਰ ਦਾ ਲੈ ਕੇ ਗਿੱਧੇ ਵਿੱਚ ਵੜਦੀ ਉਹ ਗਿੱਧਾ ਖੂਬਸੂਰਤੀ ਹੋ ਜਿਸ ਨੂੰ ਪਰਮੇਸ਼ਰ ਦਾ ਨਾਮ ਲੈ ਕੇ ਤੁਸੀਂ ਧਿਆਉਣਾ ਉਹਦੇ ਬੰਦੇ ਨੇ ਉਹਦੇ ਲਈ ਨੱਚ ਰਹੇ ਨੇ ਤੇ ਨੱਚਣ ਖੇਡਣ ਮਨ ਕਾ ਚਾਹੋ ਜੋ ਕਹਿੰਦੇ ਨੱਚਣਾ ਵੀ ਇਬਾਦਤ ਬਣ ਜਾਂਦਾ ਨੱਚਣ ਦਾ ਜ਼ਿਕਰ ਚੱਜ ਹੋਵੇ ਮੇਰੇ ਲਈ ਕਿੰਦਾ ਇਬਾਦਤ ਹੈ ਮੈਨੂੰ ਗਿੱਧੇ ਨੇ ਐਨਾ ਦਿੱਤਾ ਕਿ ਗਿੱਧੇ ਦੇ ਸਿਰ ਦੇ ਉੱਤੇ ਮੈਂ ਆਪਣੇ ਬੱਲੇ ਨੂੰ ਟਿਕ ਟਿਕਦੇ ਨਹੀਂ ਖਰਚੀ ਵਾਈਟ ਪਾਸਪੋਰਟ ਦੇ ਉੱਤੇ ਮੈਂ ਕਿੰਨਾ ਸੰਸਾਰ ਗਾ ਲਿਆ ਮੈਨੂੰ ਮੇਰੇ ਹਸਬੰਡ ਨਹੀਂ ਦੱਸ ਰਿਹਾ ਸੀ ਕੋਈ ਪੌਡਕਾਸਟ ਦੇ ਵਿੱਚ ਕਿ ਬੰਦਾ ਕਹਿ ਰਿਹਾ ਹਾਂ ਮਾਤਾ ਕੋਈ ਪੰਜਾਬੀ ਨਹੀਂ ਆਇਆ ਹੋਣਾ ਮੈਂ ਨਹੀਂ ਮੇਰੇ ਨਾਲ ਦੀਆਂ 13 ਹੋਰ ਪੰਜਾਬਣਾਂ ਵੀ 1987 ਵਿੱਚ ਅਸੀਂ ਸੋਵੀਤ ਰੂਸ ਨੂੰ ਦੇਖਿਆ ਤੁਸੀਂ ਦੱਸਿਆ ਇੰਡੀਅਨ ਫੈਸਟੀਵਲ ਦੇ ਵਿੱਚ ਨਾ ਯੂਐਸਐਸਆਰ ਉਦੋਂ ਸੀ ਹਾਂ ਉਦੋਂ ਯੂਨਾਈਟਿਡ ਸੀ ਤੇ ਤੁਸੀਂ ਫਰੁੰਜ਼ੇ ਕੋਲਿਆਬ ਜ਼ਾਂਬੂਲ ਕਿੰਨਾ ਖੂਬਸੂਰਤ ਰਸ਼ੀਆ ਦੇਖਿਆ ਮੈਨੂੰ ਤਾਂ ਉੱਥੇ ਵੀ ਪੰਜਾਬ ਲੱਭਿਆ ਕਿ ਸਾਡੀਆਂ ਬੋਲੀਆਂ ਫਰਕ ਹੋ ਸਕਦੀਆਂ ਨੇ ਉਹ ਗੱਲ ਅਲੱਗ-ਅਲੱਗ ਰਹੁੰਦੀਆਂ ਸੀ ਅੱਛਾ ਤੁਸੀਂ ਤੁਹਾਨੂੰ ਕਿਵੇਂ ਹੱਥਾਂ 'ਚੋਂ ਮੁੰਦਰੀ ਲਾ ਕੇ ਮੁੰਡੇ ਉਦੋਂ ਮੇਰੀ ਇੰਗੇਜਮੈਂਟ ਹੋਈ ਸੀ ਮੈਨੂੰ ਯਾਦ ਆ ਕਿ ਇੱਕ ਥਾਂ ਤੇ ਮੈਂ ਪਰਫਾਰਮੈਂਸ ਕੀਤੀ ਇੱਕ ਗੱਭਰੂ ਜਵਾਨ ਰਸ਼ੀਦ ਆਇਆ ਆ ਕੇ ਮੇਰੀ ਮੁੰਦਰੀ ਪਾ ਗਿਆ ਇੱਥੇ ਭੀੜ 'ਚ ਗਾਇਬ ਹੋ ਗਿਆ ਮਾਲੀ RAM ਸਾਡੇ ਢੋਲ ਕਾਲੇ ਸੀ ਡਾਕਟਰ ਪ੍ਰੋਫੈਸ਼ਨ ਕੋਰ ਸਿੱਧੂ ਮੇਰੇ ਗਿੱਧੇ ਦੇ ਉਸਤਾਦ ਨੇ ਜਾ ਕੇ ਸ਼ਿਕਾਇਤਾਂ ਕਰੇ ਮਾਲੀ RAM ਕਿ ਦੇਖੋ ਜੀ ਉਹ ਸਭੀ ਸਰਬਜੀਤ ਦੇ ਮੁੰਦਰੀ ਪਾ ਗਿਆ ਕੋਈ ਆ ਕੇ ਮੈਡਮ ਕਹਿੰਦੇ ਹੁਣ ਲੱਖਾਂ ਦੀ ਭੀੜ ਚੋਂ ਕਿੱਥੋਂ ਲੱਭੇਗਾ ਮੁਦਰੀ ਕੌਣ ਪਾ ਗਿਆ ਉਹ ਇੱਕ ਅਪਨੱਤ ਸੀ ਉਹਨਾਂ ਲੋਕਾਂ ਦੇ ਵਿੱਚ ਉਹ ਸਾਡੇ ਐਕਟਰਸ ਨੂੰ ਬੜਾ ਪਸੰਦ ਕਰਦੇ ਸੀ ਤੇ ਉਹ ਤਾਂ ਸਮਾਂ ਹੀ ਐ ਸੀ ਕਿ ਸਵਰਗ ਧਰਤੀ ਤੇ ਸੀ 우ਸਤਾਦ ਲੋਕਾਂ ਦੇ ਨਾਲ ਪੰਡਿਤ ਬਿਰਜੂ ਮਹਾਰਾਜ ਜੀ ਸ਼ਫਾਤ ਅਲੀ ਜੀ ਸ਼ਿਵ ਕੁਮਾਰ ਸ਼ਰਮਾ ਜੀ ਹਰੀ ਪ੍ਰਸ਼ਾਦ ਚੁਰਸੀਆ ਜੀ ਵੈਸੇ ਉਸਤਾਦ ਲੋਕਾਂ ਦੀ ਸੰਗਤ ਮੇਰੇ ਰੱਬ ਨੇ ਬਖਸ਼ ਦਿੱਤੀ ਉਸ ਇੰਡੀਅਨ ਫੈਸਟੀਵਲ ਦੇ ਦੌਰਾਨ ਪਰ ਤੁਸੀਂ ਗਲੈਮਰਸ মিডিਆ ਵਰਲਡ ਤੋਂ ਬਹੁਤ ਦੂਰ ਰਹੇ ਹਾਂ ਜੀ ਔਰ ਹੁਣ ਵੀ ਤੁਸੀਂ ਬਹੁਤ ਜ਼ਿਆਦਾ ਕਨੈਕਟ ਨਹੀਂ ਕਰਦੇ ਉਹਦੇ ਨਾਲ ਜੀ ਇਹ ਨਿੱਜੀ ਸੁਭਾਅ ਦੀ ਗੱਲ ਹੈ ਜਾਂ ਕੋਈ ਬੰਦਿਸ਼ ਹੈ ਤੁਹਾਡੇ ਉੱਤੇ ਨਹੀਂ ਨਹੀਂ ਬੰਦਿਸ਼ ਤਾਂ ਮੈਨੂੰ ਕੋਈ ਵੀ ਨਹੀਂ ਮਤਲਬ ਕਿ ਮੈਂ ਕਹਿ ਸਕਦੀ ਹਾਂ ਕਿ ਆਪਣੀ ਜ਼ਿੰਦਗੀ ਨੂੰ ਮੇਰੇ ਪਤੀ ਦੇ ਸਹਿਯੋਗ ਨਾਲ ਮੇਰੇ ਸਹੁਰੇ ਪਰਿਵਾਰ ਦੇ ਸਹਿਯੋਗ ਨਾਲ ਮੰਗੜ ਪਰਿਵਾਰ ਦੇ ਸਹਿਯੋਗ ਦੇ ਨਾਲ ਮੇਰੇ ਪਿਕੇ ਪਰਿਵਾਰ ਦੇ ਸਹਿਯੋਗ ਦੇ ਨਾਲ ਸੇਖੋ ਪਰਿਵਾਰ ਦੇ ਮੈਂ ਆਪਣੀਆਂ ਸ਼ਰਤਾਂ ਤੇ ਜਿਵੇਂ ਕਿ ਕਿ ਮੈਨੂੰ ਉਡਾਰ ਹੀ ਨਹੀਂ ਕਰ ਦਿੱਤਾ ਉਹਨਾਂ ਨੇ ਮੈਨੂੰ ਉੱਤੇ ਤੱਕ ਪਹੁੰਚਾਤਾ ਮੇਰੀ ਗਰੂਮਿੰਗ ਐਸਾ ਹੁੰਦੀ ਹੋਗੀ ਕਿ ਮੈਂ ਐਮਏ ਪੰਜਾਬੀ ਦੀ ਕਰਕੇ ਪ੍ਰੋਫੈਸਰੀ ਕਰਕੇ ਪ੍ਰੋਫੈਸਰੀ ਛੱਡ ਕੇ ਕੁਲਵਕਤੀ ਕਲਾਕਾਰਾਂ ਦਾ ਫੀਲਡ ਅਪਣਾਇਆ ਮੈਨੂੰ ਕੋਈ ਮਲਾਲ ਨਹੀਂ ਜ਼ਿੰਦਗੀ ਦੇ ਉੱਤੇ ਮੈਂ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਤੇ ਜਿਉਂ ਕਿ ਗਰਾਸ ਰੂਟ ਸੇ ਕੰਮ ਕਰਨੀ ਹੈ ਅੱਜ ਵੀ ਗਲੈਮਰ ਦੀ ਦੁਨੀਆ ਦੇ ਵਿੱਚ ਉਹ ਪੈੜਾਂ ਪਾ ਦਿੱਤੀਆਂ ਕਿ ਮੈਨੂੰ ਤਾਂ ਟਾਈਟਲ ਰੋਲ ਮਿਲੇ ਮੈਨੂੰ ਸੈਂਟਰਲ ਰੋਲ ਮਿਲੇ ਜਿਹੜੀਆਂ ਫਿਲਮਾਂ ਵਿੱਚ ਕੀਤੀਆਂ ਉਦੋਂ ਜਿਉਂ ਜੇ ਤੁਹਾਡੇ ਕੋਲ ਆਉਂਦਾ ਗਿਆ ਸੁੱਤੇ ਸਿੱਧੇ ਮੈਨੂੰ ਗੋ ਵਿਦ ਫਲੋ ਜੋ ਕਹਿੰਦਾ ਰਹੇ ਸੀ ਪਿੰਡ ਚ ਇਹ ਵੀ ਕਿਹਾ ਗਿਆ ਵੀ ਇਹਨੂੰ ਤਾਂ ਦੱਬ ਦਿਓ ਮਾਰ ਕੇ ਵੀ ਇਹ ਤਾਂ ਫਿਲਮਾਂ ਕਰਨ ਲੱਗ ਪਈ ਉਹ ਮੇਰੀ ਪਹਿਲੀ ਫਿਲਮ ਸੀ ਟੈਲੀ ਫਿਲਮ ਮਰਹੂਮ ਇੰਦਰਜੀਤ ਹਸਨਪੂਰੀ ਜੀ ਦੀ ਫਿਲਮ ਸੀ ਸਾਡਾ ਪਿੰਡ ਦੂਰਦਰਸ਼ਨ ਲਈ ਬਣੀ ਸੀ ਸੁਰਿੰਦਰ ਸ਼ਿੰਦਾ ਜੀ ਮੇਰੀ ਹੀਰੋ ਸੀ ਮੈਂ ਤਾਂ ਪਤਾ ਲੈ ਕੇ ਜਾਨੀ ਹਾਂ ਖੇਤ ਦੇ ਵਿੱਚ ਤੇ ਕੋਈ ਡਾਇਲੌਗ ਸੀ ਮੇਰੇ ਹੱਥ ਫੜਦੇ ਨੇ ਤੇ ਉਦੋਂ ਕਿਸੇ ਪਿੰਡ ਦੀ ਔਰਤ ਨੇ ਇਹ ਕਿਹਾ ਕਿ ਇਹਨੂੰ ਤਾਂ ਮਾਰ ਕੇ ਦੱਬ ਦੇਣਾ ਚਾਹੀਦਾ ਰਾਤ ਤੇ ਛਿੰਦੇ ਨਾਲ ਬੈਠੀ ਸੀ ਟੀਵੀ ਤੇ ਅੱਜ ਆਪਣੇ ਪਤੀ ਪਰਮਜੀਤ ਸਿੰਘ ਮੰਗੜ ਨਾਲ ਗੱਡੀ 'ਚ ਬੈਠੀ ਜਾਂਦੀ ਐ ਨੂੰ ਤਾਂ ਮਾਰ ਕੇ ਦੱਬ ਦੇਣਾ ਚਾਹੀਦਾ। ਸਮਾਜ ਦੀ ਉਹ ਤਾਂ ਸੋਚ ਐ ਉਹ ਜੀ ਸੀ। ਤੇ ਫੇਰ ਬਾਅਦ ਵਿੱਚ ਮੈਨੂੰ ਲੱਗਾ ਉਹੀ ਔਰਤ ਸੇਮ ਸੀ ਜਦੋਂ ਹਿੰਦੁਸਤਾਨ ਟਾਈਮਜ਼ ਵਿੱਚ ਮੇਰਾ ਕੋਈ ਅੱਧੇ ਵੇਚਦਾ ਆਰਟੀਕਲ ਲੱਗਿਆ ਫੋਟੋ ਚਪੀ ਤਾਂ ਕਹਿੰਦੀ ਹੁਣ ਤਾਂ ਅੰਗਰੇਜ਼ੀ ਅਖਬਾਰਾਂ ਚਾਉਣ ਲੱਗੀ। ਤੇ ਉਹਦੇ ਮੁੰਡੇ ਨਹੀਂ ਉਹਨੂੰ ਕਿਹਾ ਕਿ ਬੀਬੀ ਤੂੰ ਉਹੀ ਐ ਸੀ ਬੱਚੇ ਸੀ ਜਦੋਂ ਉਹਦੇ ਤੋਂ ਖਿਲਾਫ ਸੀਗੀ ਇੰਨੀ। ਸੋ ਗਲੈਮਰਸ ਦੁਨੀਆ ਦੇ ਵਿੱਚ ਹੁੰਦਿਆਂ ਹੋਇਆਂ ਵੀ ਮੈਨੂੰ ਇਹ ਸਮਝ ਸੀ 21 ਸਾਲ ਦੀ ਉਮਰ ਦੇ ਵਿੱਚ ਮੈਂ ਵਾਲ ਚਿੱਟੇ ਕਰ ਲਈ ਸੀ ਫਿਲਮ ਦੇ ਵਿੱਚ। ਟਾਈਟਲ ਹੀਰੋਇਨ ਬਣ ਲਈ ਬਿਸ਼ਨੋ ਜੱਟੀ ਉਹ ਫਿਲਮ ਬੇਸ਼ੱਕ ਨਹੀਂ ਆਈ ਪਰ ਮੈਨੂੰ ਇਹ ਸਮਝ ਸੀ ਕਿ ਅਸਲੀ ਫਿਲਮ ਕੋਈ ਹੋਰ ਆ ਅਸਲੀ ਹੀਰੋਇਨ ਕੋਈ ਹੋਰ ਆ ਇਹ ਥੋੜੇ ਥੋੜੇ ਟਾਈਮ ਲਈ ਪਰਦੇ ਤੇ ਅਸੀਂ ਉਹ ਵੱਡੀ ਫਿਲਮ ਦਾ ਛੋਟਾ ਜਿਹਾ ਇੱਕ ਸੀਨ ਹੀ ਪੇਸ਼ ਕਰ ਸਕੋਨੇ ਆ ਤੇ ਜਦੋਂ ਕਿਤੇ ਕਾਬਲ ਲੱਗਦਾ ਮੇਰੇ ਡਾਇਰੈਕਟਰਾਂ ਨੂੰ ਹੁਣ ਵੀ ਦੋ ਤਿੰਨ ਪ੍ਰੋਜੈਕਟ ਮੇਰੇ ਕੱਲ ਨੂੰ ਚ ਨਿਤਰਾ ਦੇ ਚੱਲੇ ਆ ਟਰੱਕ ਨਹੀਂ ਇੱਕਦਮ ਵਾਈਜ਼ ਦੀ ਰਿਲੀਜ਼ ਹੋ ਰਹੀ ਆ ਇੱਕ ਵੈਬ ਸੀਰੀਜ਼ ਰਾਜਧਾਨੀ ਸਿਟੀ ਆਫ ਕਰਾਇਮ ਅਮਰਦੀਪ ਗੇਲਦੀ ਨੇ ਕੀਤੀ ਆ ਉੱਚ ਮੇਰਾ ਬਿਲਕੁਲ ਡਿਫਰੈਂਟ ਸ਼ੇਡ ਆ ਮੈਂ ਕਰਨਾ ਚਾਹਉਣੀ ਕਿਰਦਾਰ ਜਿੰਨਾਂ ਵਿੱਚ ਕੁਝ ਕਰਨ ਜੁਗਾ ਹੋਵੇ ਹੈਨਾ ਸੋ ਉਹ ਵੀ ਇੱਕ ਮੈਂ ਹੁਣ ਸ਼ਾਰਟ ਫਿਲਮ ਆਸਟ੍ਰੇਲੀਆ ਦੇ ਵਿੱਚ ਕਰਕੇ ਆਂ ਗਿੰਦਾ ਫੁੱਲ ਉਹ ਔਰਤ ਮਰਦ ਦੇ ਅੱਜ ਦੇ ਸਮਾਜ ਦੇ ਮੁਤਾਬਕ ਜਿਉ ਜੋ ਹੈ ਕਿ ਇੱਕ ਔਰਤ ਡਾਈਵੋਰਸ ਲੈ ਲੈਂਦੀ ਆ ਤੇ ਉਸ ਦਾ ਕੋਈ ਜੂਨੀਅਰ ਉਸ ਨੂੰ ਚਾਹੁੰਦਾ ਸੀ ਕਿਤੇ ਪੁਰਾਣੇ ਸਮਿਆਂ ਦੇ ਵਿੱਚ ਤੇ ਉਹਦੀ ਵਾਈਫ ਦੀ ਡੈਥ ਹੋ ਜਾਂਦੀ ਆ ਉਹ ਗ੍ਰੋਸਰੀ ਸਟੋਰ ਦੇ ਉੱਤੇ ਮਿਲਦੇ ਨੇ ਉਹਨਾਂ ਦੋਨਾਂ ਦਾ ਵਾਰਤਾ ਲਾਪ ਹੈ ਹੈਨਾ ਮਤਲਬ ਕਿ ਮੈਂ ਦੂਰ ਨਹੀਂ ਐ ਦੁਨੀਆ ਨਾਲੋਂ ਕਈ ਵਾਰ ਇਕੱਜਾਂ ਨੂੰ ਇਹ ਲੱਗਦਾ ਵੀ ਮੈਂ ਕਿਸੇ ਵਿਦੇਸ਼ ਵਿੱਚ ਵੱਸ ਗਈ ਕਿਉਂਕਿ ਮੈਂ ਉਹ ਨਹੀਂ ਐ ਜਿਹੜਾ ਦਿਖਦਾ ਉਹ ਵੀ ਵਿਕਦਾ ਮੈਂ ਹਮੇਸ਼ਾ ਇਹ ਕਹਿੰਦੀ ਆ ਕਿ ਤੁਹਾਨੂੰ ਤੁਹਾਡਾ ਰਜ਼ਕ ਤੇ ਤੁਹਾਡੀ ਮੌਤ ਤੁਹਾਡੀ ਕਲਾ ਕਲਾ ਵਾਹੀ ਗੁਰੂ ਜੀ ਕੀ ਵਰਤੇ ਇਹ ਮੇਰੇ ਸੱਚੇ ਪਾਤਸ਼ਾਹ ਨੇ ਜਦ ਜਦ ਹੁਕਮ ਕਰਨੇ ਉੱਥੇ ਉੱਥੇ ਪਹੁੰਚ ਜਾਣਾ ਭਾਵੇਂ ਪਿੰਡ ਛੰਦਣਾ ਜੀ ਵੱਸਦੀਆਂ ਜਦੋਂ ਉਹਦੀ ਵਿਆਹ ਕਿ ਆਈਆਂ 1988 ਦੀ ਉਹੀ ਘਰ ਐ ਉਹਨੂੰ ਮਾੜਾ ਮੋਟਾ ਜਿੰਨੇ ਕੁ ਜੋਗੇ ਹੁੰਨੇ ਆ ਸਜਾ ਸਵਾਰ ਲੈਣੇ ਆ ਤੇ ਛੋਟੀ ਜਿਹੀ ਖੇਤੀ ਦਾ ਵੀ ਆਨੰਦ ਮਾਣਦੀ ਆ ਪਤੀ ਨਾਲ ਖੇਤ ਜਾ ਕੇ ਟੋਕਾ ਵੀ ਕਰ ਦੇਈਦਾ ਬੱਚੇ ਤਿੰਨੋਂ ਕਲਾ ਦੇ ਖੇਤਰ ਦੇ ਨਾਲ ਪ੍ਰਤੀਬੱਧਤ ਨੇ ਬੇਟਾ ਆਕਾਸ਼ ਮੰਗਟ ਬਹੁਤ ਵਧੀਆ ਸੋਚ ਹੈ ਜਿੱਦਣ ਆਏਗਾ ਉਹ ਜਿਵੇਂ ਕੋਈ ਚਟਾਨ ਨੂੰ ਪਾੜ ਕੇ ਬੀਜ ਉੱਗਦਾ ਨਾ ਉਦਾਂ ਦਾ ਉਹਦਾ ਆਪਣੀ ਤਰ੍ਹਾਂ ਦਾ ਸੰਘਰਸ਼ ਕਰਨ ਲੱਗਿਆ ਹੋਇਆ ਉਹਦੇ 11-12 ਗੀਤ ਆ ਚੁੱਕੇ ਨੇ ਚੰਗੀਆਂ ਕੰਪਨੀਆਂ ਦੇ ਵਿੱਚੋਂ ਉਹ ਅੱਛਾ ਡਾਇਰੈਕਟਰ ਆ ਉਹਦੇ ਕੋਲ ਬੜਾ ਖੂਬਸੂਰਤ ਵਿਜ਼ਨ ਆ ਉਹਦੀ ਵਰਟੀ ਵੀ ਆ ਕੇ ਲੈ ਕੇ ਆਂਦੀ ਹੈ ਲਖਵਿੰਦਰ ਕੌਰ ਮੰਗਟ ਉਹ ਬਹੁਤ ਅੱਛੀ ਅਦਾਕਾਰ ਆ ਬੜੀ ਖੂਬਸੂਰਤ ਸਿੰਗਰ ਵੀ ਆ ਨਾਲ ਪਰੀਆਂ ਵਰਗੀ ਨੋ ਆਈ ਆ ਸਾਡੇ ਘਰ ਬੇਟੀ ਮੇਰੀ ਲਿਖਦੀ ਬਹੁਤ ਸੋਹਣਾ ਅਨਹਦ ਨੂਰ ਮੰਗੜ ਉਹ ਕੈਨੇਡਾ ਪੜ ਰਹੀ ਆ ਤੇ ਪਤੀ ਪਰਮਜੀਤ ਸਿੰਘ ਮੰਗੜ ਤੇ ਸਾਨੂੰ ਸਾਰਿਆਂ ਨੂੰ ਪ੍ਰਮੋਟ ਕੀਤਾ ਤੇ ਕਰ ਰਹੇ ਨੇ ਟਿਲ ਡੇਟ ਸੋ ਸਾਡੀ ਕਲਾ ਦਾ ਇੱਕ ਖੂਬਸੂਰਤ ਜਿਹਾ ਕੈਂਪਸ ਆਪਣੇ ਆਪ ਦੇ ਵਿੱਚ ਹੀ ਗਰੋ ਕਰ ਰਿਹਾ ਅਸੀਂ ਕੁਛ ਨਾ ਕੁਛ ਸ਼ਾਰਟ ਫਿਲਮਸ ਪਲਾਨ ਕਰੀ ਜਾਂਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਲੈਮਰ ਦੀ ਦੁਨੀਆ ਦੇ ਵਿੱਚ ਬਹੁਤ ਕੁਝ ਉਹਨਾਂ ਬੱਚਿਆਂ ਨੂੰ ਚਾਂਸ ਦੇਵਾਂਗੇ ਪਿੰਡਾਂ ਦੇਆਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਦੀ ਕੋਈ ਬਾਹ ਨਹੀਂ ਫੜਦਾ ਬਹੁਤ ਧੰਨਵਾਦ ਤੁਸੀਂ ਆਏ ਸਮਾਂ ਦਿੱਤਾ ਔਰ ਇਹ ਗੱਲ ਬਹੁਤ ਖੂਬਸੂਰਤ ਤੁਸੀਂ ਗੱਲਾਂ ਵਿੱਚ ਕੀਤੀਆਂ ਮੈਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਡਾਕੂਮੈਂਟ ਬਣ ਜਾਂਦੀਆਂ ਔਰ ਆਉਣ ਵਾਲੇ ਸਾਲਾਂ ਵਾਸਤੇ ਬਹੁਤ ਸਾਰੀ ਨੌਜਵਾਨ ਪੀੜ੍ਹੀ ਵਾਸਤੇ ਤੁਹਾਡੀਆਂ ਗੱਲਾਂ ਇੱਕ ਡਾਕੂਮੈਂਟ ਦੇ ਰੂਪ ਦੇ ਵਿੱਚ ਬਣਣਗੀਆਂ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ